समस्तुल अदीश अदेशुल अलेख है, हमेशुल अपेख है, जमीनुल जमा है, अमीकुल इमा है, करीमुल कमाल है, के जुर्वत जमाल है, के अचल प्रकाश है, के अमितो सुबास है, के अजब स्वरूप है, के अमितो भेपूत है, के अमितो पशा है, के आत्म प्रभा है, के अचलं अनंग है, के अमितो अपंग है, के अमितो पशा है, के आत्म प्रभा है, के अचलं अनंग है, के अमितो अपंग है। वाहिगुरु जी का खालसा, वाहिगुरु जी की फतेह। सतगुरु गरीब नवाज पातशाह दीन दुनिया दे मालक, लोक परलोक दे सहायक, सतगुरु गुरु ग्रंथ साहिब पातशाह जी दे पावन पवित्र दरबार अंदर सुभाईमान गुरु रूप साध संगत जीओ, आप जी ने गुरु गोबिंद सिंह पातशाह जी दे मुखारबिंद तो उच्चारण कीती हुई पावन पवित्र बाणी जाप साहब विचों 156 तो लैके 60 तक 5 शंत सरवण कीते ने। इन्हां बचना अंदर हजूर ने अकाल पुरख वाहगुरु दे सरूप दा वर्णन बहुत नेड़ों वेख के दीदार करके अपने महान लफजां दे विच परो के उचारण कीता है। कहन लगे के सरबुल गवन है, गवन दा भाव है तुरना, सफर करना, यात्रा करनी है। और सतगुरु कलगीधर पातशाह जी कह रहे ने कि आप ता तू अरूप है, तेरा रूप कोई नहीं, शरीर नहीं है, पर तू जीवां दी रचना करके इस धरती दे उत्ते संसार दे उपर जीवां दी पैदाइश करके इन्हां दे विच आप बैठा होया है, ते इन्हां विच बैठ के तू सारे संसार दे विच यात्रा कर रहा है। सारे संसार दे विच जिन्ने जीव इत्थे विचर रहे ने उन्हां विच तेरा ही निवास है। सारिआं दे अंदर जिंद बन के, जोत बन के, चेतना बन के उन्हां अंदर इस धरती दे उत्ते तू यात्रा कर रहा है। धन गुरु ग्रंथ साहिब पातशाह जी की बाणी अंदर इस संसार विच जिन्ने भी जीव ने उन्हां नूं अकाल पुरख का नूर सतगुरु ने बाणी विच बयान किया है। भगत कबीर जी ने एक वचन किया, हजूर कहिंदे ने
ਕਿ ਅਵਲ ਅਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਲੋਗਾ ਭਰਮ ਨਾ ਭੁੱਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਹੋ ਸਰਬ ਠਾਈ। ਖਾਲਕ ਦਾ ਮਤਲਬ ਹੈ ਜਿਹੜਾ ਖਲਕਤ ਦੇ ਅੰਦਰ ਨਿਵਾਸ ਕਰ ਰਿਹਾ ਹੈ, ਜਿਹੜਾ ਇਸ ਧਰਤੀ ਦੇ ਜੀਵਾਂ ਦੇ ਅੰਦਰ ਨਿਵਾਸ ਨੂਰ ਬਣ ਕੇ ਇਸ ਸੰਸਾਰ ਵਿੱਚ ਬੈਠਾ ਹੋਇਆ। ਖਾਲਕ ਖਲਕਤ ਵਿੱਚ ਨਿਵਾਸ ਰੱਖਣ ਵਾਲਾ। ਕਹਿਣ ਲੱਗੇ ਕੋਈ ਵੀ ਜੀਵ ਇਸ ਧਰਤੀ 'ਤੇ ਓਨਾ ਚਿਰ ਤੁਰ ਹੀ ਨਹੀਂ ਸਕਦਾ ਜਿੰਨਾ ਚਿਰ ਉਹਦੇ ਅੰਦਰ ਤੇਰਾ ਨਿਵਾਸ ਨਾ ਹੋਵੇ। ਇਹਦਾ ਭਾਵ ਹੈ ਕਿ ਜਿਹੜੀ ਸਾਡੇ ਅੰਦਰ ਜਿੰਦ ਦੀ ਸ਼ਕਤੀ ਹੈ, ਤੁਰਨ ਦੀ ਸ਼ਕਤੀ ਹੈ, ਜਿਉਣ ਦੀ ਸ਼ਕਤੀ ਹੈ, ਉਹ ਸਾਡੀ ਆਪਣੀ ਨਹੀਂ, ਅਸਲ ਵਿੱਚ ਅਕਾਲ ਪੁਰਖ ਵਾਹਿਗੁਰੂ ਆਪ ਨਿਵਾਸ ਕਰ ਰਿਹਾ ਹੈ। ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਹੋ ਸਰਬ ਠਾਈ। ਸਾਰਿਆਂ ਦੇ ਵਿੱਚ ਤੇਰਾ ਹੀ ਨਿਵਾਸ ਹੈ। ਮਾਟੀ ਏਕ ਅਨੇਕ ਭਾਂਤ ਕਰ, ਉਦਾਹਰਣ ਦਿੱਤੀ ਭਗਤ ਜੀ ਨੇ। ਕਹਿਣ ਲੱਗੇ ਜਿਵੇਂ ਕੁੰਭਾਰ ਭਾਂਡੇ ਬਣਾਉਣ ਵਾਸਤੇ ਮਿੱਟੀ ਇਕੱਠੀ ਕਰਦਾ, ਮਿੱਟੀ ਇਕੱਠੀ ਕਰਨ ਤੋਂ ਬਾਅਦ ਉਸ ਮਿੱਟੀ ਨੂੰ ਗੁੰਨਦਾ ਹੈ ਪਾਣੀ ਪਾ ਕੇ। ਮਿੱਟੀ ਤਾਂ ਇੱਕ ਹੈ, ਪਰ ਜਦੋਂ ਉਸ ਮਿੱਟੀ ਦੇ ਉਹ ਬਰਤਨ ਬਣਾਉਂਦਾ ਹੈ, ਕਿਤੇ ਘੜਾ ਬਣਾ ਦਿੰਦਾ ਹੈ, ਕਿਤੇ ਚੱਪਣੀ ਬਣਾ ਦਿੰਦਾ ਹੈ, ਕਿਤੇ ਸੁਰਾਹੀ ਬਣਾ ਦਿੰਦਾ ਹੈ, ਕਿਤੇ ਕੋਈ ਹੋਰ ਕਿਸੇ ਢੰਗ ਦਾ ਭਾਂਡਾ ਬਣਾਉਂਦਾ ਹੈ। ਭਾਂਡਿਆਂ ਨੂੰ ਵੇਖਿਆ ਉਹਨਾਂ ਦੇ ਨਾਮ ਵੱਖਰੇ ਹਨ, ਪਰ ਉਹਨਾਂ ਭਾਂਡਿਆਂ ਦੇ ਵਿੱਚ ਜਿਹੜੀ ਮਿੱਟੀ ਦਾ ਪ੍ਰਯੋਗ ਕੀਤਾ ਗਿਆ, ਉਹ ਮਿੱਟੀ ਇੱਕੋ ਥਾਂ 'ਤੇ ਆਈ ਹੈ ਅਤੇ ਉਸ ਮਿੱਟੀ ਨੂੰ ਬਣਾਉਣ ਵਾਲਾ ਵੀ ਇੱਕੋ ਹੈ। ਕਹਿਣ ਤੋਂ ਭਾਵ ਇਹ ਜਿੰਨਾ ਵੀ ਸੰਸਾਰ ਵੱਖਰਾ ਵੱਖਰਾ ਸਰੀਰਕ ਤੌਰ 'ਤੇ ਦਿਸਦਾ, ਔਰ ਮਨੁੱਖ ਦਾ ਇਹ ਭਰਮ ਹੈ ਕਿ ਅਨੇਕਤਾ ਵਿੱਚ ਉਹ ਸੰਸਾਰ ਨੂੰ ਵਹਿੰਦਾ ਹੈ। ਸਤਿਗੁਰੂ ਨੇ ਕਿਹਾ ਸਾਰਿਆਂ ਦੇ ਵਿੱਚ ਤੂੰ ਹੀ ਤੁਰ ਰਿਹਾ ਹੈ, ਸਾਰਿਆਂ ਨੂੰ ਤੂੰ ਆਪ ਬਣਾਇਆ। ਭਗਤ ਫਰੀਦ ਜੀ ਨੇ ਬਚਨ ਕੀਤੇ, ਉਹ ਕਹਿੰਦੇ ਨੇ ਕਿ ਖਲਕਤ ਖਾਲਕ ਤੋਂ ਬਿਨਾਂ ਨਹੀਂ। ਜਿੰਨੀ ਖਲਕਤ ਹੈ, ਜਿੰਨਾ ਸੰਸਾਰ ਹੈ, ਜਿੰਨੇ ਜੀਵ ਨੇ, ਸਾਰਿਆਂ ਦੇ ਵਿੱਚ ਖੁਦਾ ਵਿਚਰ ਰਿਹਾ ਹੈ, ਉਹਦੇ ਵਿੱਚ ਉਹਦਾ ਨਿਵਾਸ ਹੈ। ਇਸ ਕਰਕੇ ਜਿਹਦੇ ਅੰਦਰ ਗੁਰੂ ਕੇ ਸਵਾਰਿਓ ਇਹ ਸਮਝ, ਇਹ ਗਿਆਨ, ਇਹ ਗੁਰਮਤ, ਗੁਰੂ ਕੀ ਮਤ ਅੰਦਰ ਧਾਰਨ ਜਿਸ ਨੇ ਕਰ ਲਈ, ਉਹ ਫਿਰ ਸੰਸਾਰ ਵੱਲ ਵੇਖਦਾ ਹੈ, ਕਦੀ ਕਿਸੇ ਨੂੰ ਅੰਦਰੋਂ ਕਦੀ ਦੁੱਖ ਅਤੇ ਧੋਖਾ ਨਹੀਂ ਦਏਗਾ, ਕਿਉਂਕਿ ਉਹਨੂੰ ਪਤਾ ਹੈ ਜਿੰਨੇ ਵੀ ਸਰੀਰ ਨੇ ਇਹਨਾਂ ਸਾਰਿਆਂ ਦੇ ਵਿੱਚ ਉਸ ਇੱਕ ਦੀ ਜੋਤ, ਇੱਕ ਦੀ ਸ਼ਕਤੀ ਕੰਮ ਕਰ ਰਹੀ ਹੈ। ਸਤਿਗੁਰੂ ਨੇ ਬਾਣੀ ਵਿੱਚ ਬਚਨ ਵੀ ਕੀਤੇ ਨੇ, ਵੈਸੇ ਇਸ ਦੇਸ਼ ਦੇ ਅੰਦਰ 33 ਕਰੋੜ ਦੇਵਤਿਆਂ ਦੀ ਗੱਲ ਕੀਤੀ ਗਈ ਹੈ, ਕਿ ਇਸ ਧਰਤੀ ਦੇ ਉੱਤੇ 33 ਕਰੋੜ ਦੇਵਤੇ ਨੇ। ਇਹ ਸਿਰਫ ਇੱਕ ਇਸ਼ਾਰਾ ਕੀਤਾ ਗਿਆ ਸੀ, ਕਿਉਂਕਿ ਮਨੁੱਖ ਦੀ ਆਦਤ ਹੈ, ਉਹ ਕਿਸੇ ਇੱਕ ਧਾਰਮਿਕ ਥਾਂ 'ਤੇ ਬਣਾਏ ਹੋਏ ਕਿਸੇ ਪੱਥਰ ਦੇ ਦੇਵਤੇ ਦੀ ਪੂਜਾ ਤਾਂ ਕਰੀ ਜਾਂਦਾ ਹੈ, ਪਰ ਇਹ 33 ਕਰੋੜ ਦੇਵਤਿਆਂ ਦਾ ਕੰਸੈਪਟ ਵਿਸ਼ਾ ਤਾਂ ਚੁਣਿਆ ਗਿਆ ਸੀ ਕਿ ਮਨੁੱਖ ਜਦੋਂ ਸੰਸਾਰ ਵੱਲ ਵੇਖੇ, ਸੰਸਾਰ ਵਿੱਚ ਜਿੰਨੇ ਵੀ ਜੀਵ ਨੇ, ਜਿੰਨੇ ਮਨੁੱਖ ਨੇ, ਅਸਲ ਵਿੱਚ ਸਾਰੇ ਦੇਵਤਾ ਸਰੂਪ ਨੇ, ਇਹਨਾਂ ਦੇ ਵਿੱਚ ਉਹ ਇੱਕੋ ਜੋਤ ਕੰਮ ਕਰ ਰਹੀ ਹੈ, ਪਰ ਮਨੁੱਖ ਦੀ ਤ੍ਰਾਸਦੀ ਹੈ ਵੀ ਉਹ ਜਿਉਂਦੇ ਦੇਵਤਿਆਂ ਦੀ ਕਦਰ ਨਹੀਂ ਕਰਦਾ ਅਤੇ ਪੱਥਰ ਦੇ ਦੇਵਤਿਆਂ ਦੀ ਪੂਜਾ ਕਰਦਾ ਹੈ। ਇਹ ਕਿੰਨਾ ਵੱਡਾ ਭੁਲੇਖਾ ਹੈ। ਇਸ ਭੁਲੇਖੇ ਨੂੰ ਤੋੜਨ ਵਾਸਤੇ ਸਤਿਗੁਰੂ ਨੇ ਮਨੁੱਖ ਨੂੰ ਜਗਾਉਣ ਵਾਸਤੇ ਯਤਨ ਕੀਤਾ ਹੈ। ਇੱਕ ਪਾਸੇ ਇੱਕ ਜਿਉਂਦਾ ਆਦਮੀ ਹੈ, ਦੂਰ ਨਾ ਜਾਓ ਘਰ ਦੇ ਮੈਂਬਰ ਨੇ, ਘਰ ਦੇ ਪਰਿਵਾਰ ਵਿੱਚ ਜੀ ਨੇ, ਆਸੇ ਪਾਸੇ ਮੁਹੱਲੇ ਵਿੱਚ ਗੁਆਂਢ ਹੈ, ਉੱਥੇ ਜਿਹੜੇ ਜਿਉਂਦੇ ਜਾਗਦੇ ਜੀਵ ਨੇ, ਜਿਨ੍ਹਾਂ ਦੇ ਸਰੀਰ ਵਿੱਚ ਜਿੰਦ ਹੈ ਅਤੇ ਅਕਾਲ ਪੁਰਖ ਨੇ ਆਪ ਘੜਿਆ, ਮਨੁੱਖ ਉਹਨਾਂ ਨਾਲ ਕਦੀ ਪ੍ਰੇਮ ਨਹੀਂ ਕਰਦਾ, ਉਹਨਾਂ ਨਾਲ ਕਦੀ ਸਨੇਹ ਨਹੀਂ ਕਰਦਾ, ਉਹਨਾਂ ਨੂੰ ਛੱਡ ਕੇ ਅਤੇ ਇੱਕ ਇਸ ਤਰ੍ਹਾਂ ਦੇ ਭਗਵਾਨ ਦੀ ਖੋਜ ਕਰਦਾ ਜਿਹੜਾ ਬੜੀ ਦੂਰ ਕਿਸੇ
ਆਕਾਸ਼ ਵਿੱਚ ਹੈ, ਕਿਤੇ ਪਹਾੜਾਂ ਵਿੱਚ ਹੈ, ਕੋਈ ਪੱਛਮ ਵਿੱਚ ਉਹਨੂੰ ਖੋਜ ਰਿਹਾ, ਕੋਈ ਪੂਰਬ ਵੱਲ ਉਹਨੂੰ ਖੋਜ ਰਿਹਾ ਹੈ। ਸਤਿਗੁਰੂ ਦੇ ਕਹਿਣ ਦਾ ਭਾਵ ਹੈ, ਜਦੋਂ ਕਲਗੀਧਰ ਪਾਤਸ਼ਾਹ ਬਚਨ ਕਹਿੰਦੇ ਕਿ ਸਰਬੁਲ ਗਵਨ ਹੈ, ਸਾਰਿਆਂ ਦੇ ਵਿੱਚ ਤੂੰ ਗਵਨ ਕਰ ਰਿਹਾ ਹੈ, ਸਾਰਿਆਂ ਦੇ ਵਿੱਚ ਤੂੰ ਸਫ਼ਰ ਕਰ ਰਿਹਾ ਹੈ, ਉਹਦਾ ਭਾਵ ਇਹ ਹੈ ਕਿ ਜਿੱਦਣ ਇਸ ਮਨੁੱਖ ਦੀ ਗੁਰੂ ਕੇ ਸ਼ਬਦ ਦੀ ਕਮਾਈ ਦੁਆਰਾ ਇਹਨਾਂ ਅੱਖਾਂ ਦੇ ਉੱਤੋਂ ਭਰਮ ਦੀ ਮਿੱਟੀ ਲਹਿ ਜਾਏਗੀ, ਹੰਕਾਰ ਦਾ ਹਨੇਰਾ ਦੂਰ ਹੋ ਜਾਏਗਾ, ਅਤੇ ਉਸ ਵੇਲੇ ਸੰਸਾਰ ਦੇ ਜਿਸ ਪਾਸੇ ਵੱਲ ਨਜ਼ਰ ਪਾਏਗਾ ਉਸ ਪਾਸੇ ਉਸ ਅਕਾਲ ਪੁਰਖ ਦੀ ਜੋਤ ਚੋਵਾਂ ਪਾਸਿਓਂ ਪ੍ਰਗਟ ਹੋਵੇਗੀ, ਸਾਰਿਆਂ ਵਿੱਚੋਂ ਹੀ ਤੁਰਦਾ ਨਜ਼ਰ ਆਏਗਾ। ਇਸ ਕਰਕੇ ਕਹਿੰਦੇ ਇਹਨੂੰ ਕਹਿੰਦੇ ਦਿਵ ਦ੍ਰਿਸ਼ਟੀ। ਗੁਰੂ ਅਮਰਦਾਸ ਜੀ ਨੇ ਤਾਂ ਹੀ ਬਚਨ ਕੀਤਾ ਹੈ, ਕਹਿੰਦੇ ਜਿੰਨਾ ਚਿਰ ਦ੍ਰਿਸ਼ਟੀ ਰਹੇਗੀ, ਕਿਉਂਕਿ ਦੋ ਤਰ੍ਹਾਂ ਦੀ ਦ੍ਰਿਸ਼ਟੀ ਹੈ, ਇੱਕ ਦ੍ਰਿਸ਼ਟੀ ਹੈ ਚਰਮ ਦ੍ਰਿਸ਼ਟੀ। ਚਰਮ ਦ੍ਰਿਸ਼ਟੀ ਦਾ ਮਤਲਬ ਜਿਸ ਦ੍ਰਿਸ਼ਟੀ ਦੇ ਨਾਲ, ਜਿਸ ਅੱਖ ਦੇ ਨਾਲ, ਜਿਸ ਨਜ਼ਰ ਦੇ ਨਾਲ ਕੇਵਲ ਚਮ ਤੱਕ ਬੰਦਾ ਸੀਮਤ ਰਹਿੰਦਾ, ਚਮੜੀ ਤੱਕ ਬਹਿੰਦਾ, ਉਹਨੂੰ ਕਹਿੰਦੇ ਇਹਦੇ ਕੋਲ ਚਰਮ ਦ੍ਰਿਸ਼ਟੀ ਹੈ। ਉਹ ਜਿਉਂਦਾ ਹੀ ਇਹਦੇ ਉੱਤੇ ਹੈ, ਬਾਹਰੋਂ ਬਾਹਰੋਂ ਸੰਸਾਰ ਨੂੰ ਵੇਖਦਾ ਹੈ। ਚਰਮ ਦ੍ਰਿਸ਼ਟੀ ਵਿੱਚ ਜਿਉਣ ਵਾਲੇ ਇਸ ਧਰਤੀ 'ਤੇ ਬਹੁਤ ਨੇ, ਉਹ ਸਿਰਫ ਚਮ ਤੱਕ ਸੀਮਤ ਰਹਿੰਦੇ ਨੇ, ਉਹ ਇਸ ਚਮ ਦੇ ਓਹਲੇ ਵਿੱਚ, ਚਮ ਦੇ ਪਿੱਛੇ ਬੈਠੇ ਹੋਏ ਨਿਰੰਕਾਰ ਦੀ ਜੋਤ ਨੂੰ ਤੱਕਣ ਵਿੱਚ ਅਸਮਰਥ ਨੇ, ਕਿਉਂਕਿ ਉਹਨਾਂ ਦੀਆਂ ਅੱਖਾਂ ਦੇ ਉੱਤੋਂ ਭਰਮ ਦਾ ਹਨੇਰਾ ਨਹੀਂ ਲੱਥਾ। ਇਸ ਲਈ ਪਹਿਲੀ ਦ੍ਰਿਸ਼ਟੀ ਜਿਹੜੀ ਆਮ ਬੰਦੇ ਕੋਲ ਹੈ, ਸਾਡੇ ਕੋਲ, ਉਹ ਦ੍ਰਿਸ਼ਟੀ ਹੈ ਚਰਮ ਦ੍ਰਿਸ਼ਟੀ। ਅਤੇ ਦੂਸਰੀ ਦ੍ਰਿਸ਼ਟੀ ਦਾ ਨਾਮ ਗੁਰੂ ਅਮਰਦਾਸ ਜੀ ਨੇ ਕਿਹਾ ਦਿਵ ਦ੍ਰਿਸ਼ਟੀ ਹੈ। ਦਿਵ ਦ੍ਰਿਸ਼ਟੀ ਦਾ ਮਤਲਬ, ਦਿਵ ਦਾ ਮਤਲਬ ਹੁੰਦਾ ਹੈ ਨੂਰ, ਦਿਵਿਆ ਦ੍ਰਿਸ਼ਟੀ, ਜਗੀ ਹੋਈ, ਜਿਹਦੇ ਉੱਤੋਂ ਅਗਿਆਨ ਦਾ ਪਰਦਾ ਲੈ ਜਾਏ। ਜਦੋਂ ਅਗਿਆਨ ਦਾ ਪਰਦਾ ਲੈ ਜਾਏ ਤਾਂ ਫਿਰ ਇਹ ਅੱਖਾਂ ਨਹੀਂ, ਇਹਦੇ ਪਿੱਛੇ ਜਿਹੜੀਆਂ ਗਿਆਨ ਦੀਆਂ ਅੱਖਾਂ ਨੇ, ਜਦੋਂ ਉਹਨਾਂ ਨਾਲ ਮਨੁੱਖ ਦੇਖੇਗਾ ਤਾਂ ਸੰਸਾਰ ਦਾ ਸਾਰਾ ਸਰੂਪ ਤਬਦੀਲ ਹੋ ਜਾਏਗਾ। ਪਰ ਉਹ ਅੱਖ ਪੈਦਾ ਕਿੱਥੋਂ ਹੋਵੇ, ਉਹ ਦਿਵ ਦ੍ਰਿਸ਼ਟੀ ਮਿਲੇ ਕਿਵੇਂ? ਉਹਦੇ ਤੋਂ ਬਿਨਾਂ ਜਿੰਨਾ ਵੀ ਅਸੀਂ ਵੇਖਾਂਗੇ ਉਹਦੇ ਨਾਲ ਕਦੀ ਤ੍ਰਿਪਤੀ ਨਹੀਂ ਆਏਗੀ। ਭਾਈ ਗੁਰਦਾਸ ਜੀ ਨੇ ਕਿਹਾ ਵੇਖ ਵੇਖ ਕੇ ਅੱਖਾਂ ਥੱਕ ਗਈਆਂ, ਪੁਰਾਣੀਆਂ ਹੋ ਗਈਆਂ, ਵੇਖਣ ਦੀ ਲਾਲਸਾ ਨਹੀਂ ਗਈ। ਬਚਨ ਆਉਂਦੇ ਨੇ ਬਾਣੀ ਵਿੱਚ, ਅੱਖੀਂ ਵੇਖਣਾ ਰੱਜੀਆਂ, ਬਹੁ ਰੰਗ ਤਮਾਸ਼ੇ ਕਿਉਂ ਨਹੀਂ ਰੱਜੀਆਂ? ਕਿਉਂਕਿ ਜਿੰਨਾ ਚਿਰ ਦਿਵ ਦ੍ਰਿਸ਼ਟੀ ਨਹੀਂ ਪੈਦਾ ਹੁੰਦੀ ਉਨਾ ਚਿਰ ਅੱਖਾਂ ਰੱਜਣਗੀਆਂ ਨਹੀਂ, ਮਰਦਿਆਂ ਤੱਕ ਨਹੀਂ ਰੱਜਣਗੀਆਂ। ਭਗਤ ਕਬੀਰ ਜੀ ਨੇ ਬਚਨ ਕੀਤਾ ਹੈ ਕਿ ਜਿੱਦਣ ਮਨੁੱਖ ਦੀ ਮੌਤ ਹੁੰਦੀ ਹੈ, ਮਰਨ ਤੱਕ ਵੀ ਉਹਦੀ ਵੇਖਣ ਦੀ ਲਾਲਸਾ ਖਤਮ ਨਹੀਂ ਹੁੰਦੀ। ਔਰ ਇਸ ਤਰ੍ਹਾਂ ਹੋਏਗੀ ਵੀ ਨਹੀਂ, ਜੇ ਆਪਾਂ ਕਹੀਏ ਨਾ ਵੀ ਅੱਖਾਂ ਦੇ ਉੱਤੇ ਪੱਟੀ ਬੰਨ੍ਹ ਦਿਓ, ਅੱਖਾਂ ਨੂੰ ਬੰਦ ਕਰ ਦਿਓ, ਵੇਖਣਾ ਨਹੀਂ, ਇਹ ਠੀਕ ਹੈ, ਕੁਝ ਹੱਦ ਤੱਕ ਪਰਹੇਜ਼ ਕੰਮ ਕਰਦਾ ਹੈ। ਪਰ ਜਿੰਨਾ ਚਿਰ ਸਾਧ ਸੰਗਤ ਸਾਡੇ ਅੰਦਰੋਂ ਇਸ ਅੱਖਾਂ ਦੇ ਵਿੱਚ ਜਿਹੜੀ ਦਿਵ ਦ੍ਰਿਸ਼ਟੀ ਹੈ ਉਹ ਪੈਦਾ ਨਾ ਹੋਈ, ਉਹਨਾਂ ਚਿਰ ਇਹਨਾਂ ਦੇ ਵਿੱਚੋਂ ਵੇਖਣ ਦੀ ਤਿਸ਼ਨਾ ਖਤਮ ਹੀ ਨਹੀਂ ਹੋ ਸਕਦੀ, ਉਹਨਾਂ ਚਿਰ ਇਹਦੀਆਂ ਅੱਖਾਂ ਦੀ ਭੁੱਖ ਹੀ ਨਹੀਂ ਮਿਟ ਸਕਦੀ। ਉਹ ਦ੍ਰਿਸ਼ਟੀ ਕਿਵੇਂ ਪੈਦਾ ਹੋਵੇਗੀ? ਉਹਦੀ ਜੁਗਤ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਦੱਸੀ ਹੈ। ਹਜ਼ੂਰ ਕਹਿੰਦੇ ਇਹ ਨੇਤਰੋ ਮੇਰੇ ਹੋ, ਹਰ ਤੁਮ ਮੈਂ ਜੋਤ ਰੱਖੀ। ਇਹਨਾਂ ਅੱਖਾਂ ਵਿੱਚ ਸਭ ਤੋਂ ਪਹਿਲਾਂ, ਕਿਉਂਕਿ ਜਿਹੜੀ ਵਾਰ ਵਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਬਚਨ ਆਉਂਦੇ ਨਾ ਵੀ ਸਰੀਰਾ ਤੇਰੇ ਵਿੱਚ ਵੀ ਜੋਤ ਹੈ, ਸਾਰੇ ਸਰੀਰ ਦੀ ਗੱਲ ਕੀਤੀ ਗਈ ਹੈ, ਤਾਂ ਉੱਥੇ ਸਵਾਲ ਪੈਦਾ ਹੁੰਦਾ ਵੀ ਸਰੀਰ ਦੇ ਵਿੱਚ ਕਿਹੜੀ ਥਾਂ 'ਤੇ ਜੋਤ ਟਿਕਾਈ ਹੈ? ਜਦੋਂ ਆਪਾਂ ਬਾਣੀ ਵਿੱਚ ਬਚਨ ਪੜ੍ਹਦੇ ਹਾਂ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਤਾਂ ਜੋਤ ਕਿਹੜੀ ਥਾਂ 'ਤੇ? ਸਰੀਰ ਦੇ ਅੰਦਰ, ਕਿਉਂਕਿ ਹੱਥਾਂ ਦੇ ਥਾਂ 'ਤੇ ਹੱਥ ਨੇ, ਮੂੰਹ ਦੇ ਥਾਂ 'ਤੇ ਮੂੰਹ ਹੈ, ਨਾਸਕਾ ਦੇ ਥਾਂ 'ਤੇ ਨਾਸਕਾ ਹੈ, ਕੰਨਾਂ ਦੇ ਥਾਂ 'ਤੇ ਕੰਨ ਲੱਗੇ ਨੇ, ਪਰ ਜੋਤ ਦਾ ਥਾਂ ਕਿਹੜਾ ਹੈ? ਤਾਂ ਉਹਦਾ ਗੁਰੂ ਸਾਹਿਬ ਨੇ ਫਿਰ ਇੱਥੇ ਵਰਣਨ ਕੀਤਾ, ਕਹਿਣ ਲੱਗੇ ਨੇਤਰਾਂ ਵਿੱਚ ਹੈ ਜੋਤ। ਇਹ ਨੇਤਰੋ ਮੇਰੇ ਹੋ, ਹਰ ਤੁਮ ਮੈਂ ਜੋਤ ਰੱਖੀ, ਅੱਖਾਂ ਵਿੱਚ ਹੈ। ਅਤੇ ਮਨੁੱਖ ਦਾ ਕਹਿੰਦੇ 80% ਦੇ ਕਰੀਬ ਜਿਹੜਾ ਮਨ ਹੈ ਉਹ ਅੱਖਾਂ ਦੇ ਵਿੱਚ ਨਿਵਾਸ ਕਰਦਾ ਹੈ,
ਅੱਖਾਂ ਵਿੱਚ ਰਹਿੰਦਾ ਹੈ। ਬਾਕੀ ਦਾ ਜਿਹੜਾ 20% ਮਨ ਹੈ ਉਹ ਸਰੀਰ ਦੇ ਦੂਜੇ ਹਿੱਸਿਆਂ ਵਿੱਚ ਕੰਮ ਕਰਦਾ ਹੈ। ਇਹ ਸਭ ਤੋਂ ਵੱਡਾ ਸੈਂਟਰ ਹੈ ਜੋਤ ਦਾ, ਜਿਹਦੇ ਵਿੱਚ ਇਹਦਾ ਨਿਵਾਸ। ਇਸ ਕਰਕੇ ਸਾਰੀ ਦੁਨੀਆ ਦਾ ਸੰਬੰਧ ਹੀ ਅੱਖਾਂ ਨਾਲ ਹੈ। ਜੇ ਅੱਖ ਹੈ ਸੰਸਾਰ ਨਾਲ ਮਨੁੱਖ ਜੁੜਿਆ ਹੈ। ਔਰ ਇੱਧਰ ਇਸ਼ਾਰਾ ਕੀਤਾ, ਕਹਿਣ ਲੱਗੇ ਅੱਖ ਦੇ ਵਿੱਚ ਤੇਰੀ ਦੇ ਜੋਤ ਹੈ, ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਰੱਖੀ, ਹਰ ਬਿਨ ਅਵਰ ਨਾ ਦੇਖੋ ਕੋਈ। ਪਰ ਇਹ ਜੋਤ ਪ੍ਰਗਟ ਤਾਂ ਹੋਵੇਗੀ ਕਿ ਤੂੰ ਇਹਨਾਂ ਅੱਖਾਂ ਦੇ ਨਾਲ ਅਕਾਲ ਪੁਰਖ ਤੋਂ ਬਿਨਾਂ ਹੋਰ ਕਿਸੇ ਨੂੰ ਬਹੁਤਾ ਧਿਆਨ ਨਾਲ ਨਾ ਵੇਖੀ, ਚੰਗੀ ਤਰ੍ਹਾਂ ਨਾ ਦੇਖੀ। ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਫਿਰ ਸਿੱਖ ਨੇ ਅੱਗੋਂ ਸਵਾਲ ਕੀਤਾ ਕਿ ਤੁਸੀਂ ਕਹਿੰਦੇ ਹੋ ਇਹਨਾਂ ਅੱਖਾਂ ਨਾਲ ਰੱਬ ਨੂੰ ਵੇਖੋ, ਪਰ ਇਹਨਾਂ ਨਾਲ ਤਾਂ ਸੰਸਾਰ ਦਿਸਦਾ ਹੈ, ਇਹਨਾਂ ਨਾਲ ਤਾਂ ਪਰਿਵਾਰ ਦਿਸਦਾ ਹੈ, ਇਹਨਾਂ ਨੂੰ ਤਾਂ ਖੋਲ੍ਹਣਿਆਂ ਤਾਂ ਆਕਾਸ਼ ਦਿਸਦਾ, ਧਰਤੀ ਦਿਸਦੀ, ਅੰਬਰ, ਤਾਰੇ, ਸਿਆਰੇ, ਜੀਵ ਜੰਤ ਦਿਸਦੇ ਨੇ। ਤੁਸੀਂ ਕਹਿੰਦੇ ਹੋ ਇਹਨਾਂ ਨਾਲ ਅਕਾਲ ਪੁਰਖ ਨੂੰ ਵੇਖ, ਇਹਦੇ ਨਾਲ ਤਾਂ ਸੰਸਾਰ ਹੀ ਦਿਸਦਾ। ਅਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸਿੱਖ ਨੂੰ ਸਮਝਾਇਆ, ਕਹਿਣ ਲੱਗੇ ਇਹ ਵਿਸ ਸੰਸਾਰ ਤੁਮ ਜੇ ਦੇਖਦੇ, ਇਹ ਹਰ ਕਾ ਰੂਪ ਹੈ। ਬੜੀ ਔਖੀ ਗੱਲ ਹੈ, ਹਰ ਕਾ ਰੂਪ, ਇਹਦੇ ਵਿੱਚ ਉਹਦਾ ਨਿਵਾਸ ਹੈ, ਇੱਥੋਂ ਹੀ ਲੱਭਣਾ। ਜਿੱਥੇ ਕਿਸੇ ਦਾ ਨਿਵਾਸ ਹੋਵੇ ਉੱਥੇ ਮਿਲੇਗਾ ਨਾ, ਦੂਜੇ ਥਾਂ 'ਤੇ ਥੋੜ੍ਹੀ ਹੈ। ਇਹ ਸੰਸਾਰ ਦੇ ਅੰਦਰ ਹੀ ਹੈ। ਜਦੋਂ ਕਿਸੇ ਨੇ ਪਾਇਆ, ਗੁਰੂ ਅਮਰਦਾਸ ਜੀ ਦਾ ਹੋਰ ਬਚਨ ਪੜ੍ਹੋ, ਹਜ਼ੂਰ ਨੂੰ ਕਿਸੇ ਸਿੱਖ ਨੇ ਪੁੱਛਿਆ ਵੀ ਜਿਨ੍ਹਾਂ ਨੇ ਪਾਇਆ ਉਹਨਾਂ ਨੇ ਕਿੱਥੋਂ ਪਾਇਆ ਹੈ। ਆਖਰ ਤਾਂ ਪ੍ਰਾਪਤੀ ਦਾ ਵਿਸ਼ਾ ਹੈ ਨਾ, ਇਹ ਜਿਹੜਾ ਧਾਰਮਿਕ ਵਿਸ਼ਾ ਹੈ ਵੀ ਆਪਾਂ ਧਾਰਮਿਕ ਬਣੇ, ਉਹਦਾ ਵਿਸ਼ਾ ਕੀ ਹੈ, ਉਹਦਾ ਮਿਸ਼ਨ ਕੀ ਹੈ, ਉਹਦੀ ਕੋਈ ਮੰਜ਼ਿਲ ਵੀ ਤਾਂ ਹੋਣੀ ਚਾਹੀਦੀ ਨਾ। ਜਿਵੇਂ ਇੱਕ ਆਦਮੀ ਕੋਈ ਵੀ ਕੰਮ ਕਰਦਾ, ਕੋਈ ਸੰਸਾਰ ਦੇ ਅੰਦਰ ਕੋਈ ਪੜ੍ਹਾਈ ਕਰ ਰਿਹਾ, ਤਾਂ ਉਹਦੀ ਮੰਜ਼ਿਲ ਕੀ ਹੈ, ਡਾਕਟਰ ਬਣਨਾ, ਮੰਜ਼ਿਲ ਨੂੰ ਲੈ ਕੇ ਕੰਮ ਕਰੇਗਾ, ਨਹੀਂ ਤਾਂ ਕੰਮ ਨਹੀਂ ਹੋਵੇਗਾ। ਕੋਈ ਵਿੱਦਿਆ ਲੈ ਰਿਹਾ, ਇੰਜੀਨੀਅਰ ਬਣਨਾ, ਤਾਂ ਉਹਦੀ ਮੰਜ਼ਿਲ, ਉਹਦਾ ਮਿਸ਼ਨ ਇੰਜੀਨੀਅਰ ਬਣਨਾ ਹੈ, ਉਹਦੇ ਤੋਂ ਬਿਨਾਂ ਉਹ ਪੜ੍ਹੇਗਾ ਨਹੀਂ। ਇਸ ਲਈ ਕਦੀ ਕਦੀ ਜਿਹੜੇ ਬੱਚੇ ਪੜ੍ਹਦੇ ਨੇ ਕੁਝ ਬਣਨ ਲਈ, ਜੇ ਉਹਨਾਂ ਦਾ ਮਕਸਦ ਨਾ ਨਾ ਰਹੇ, ਉਹ ਕਹਿੰਦੇ ਮੈਂ ਤਾਂ ਬਣਨਾ ਹੀ ਨਹੀਂ, ਮਾਂ ਬਾਪ ਧੱਕੇ ਨਾਲ ਪੜ੍ਹਾ ਰਿਹਾ, ਅਤੇ ਫਿਰ ਉਹ ਤੁਸੀਂ ਉਹਨਾਂ ਦੇ ਚਿਹਰੇ ਵੇਖਣਾ ਬਿਲਕੁਲ ਇਸ ਤਰ੍ਹਾਂ ਦੇ ਹੋਣਗੇ ਜਿਵੇਂ ਧਾਰਮਿਕ ਬੰਦਿਆਂ ਦੇ ਹੁੰਦੇ ਨੇ, ਕਿਉਂਕਿ ਨਾ ਉਹਨਾਂ ਦੀ ਮੰਜ਼ਿਲ ਅਤੇ ਨਾ ਬਹੁ ਗਿਣਤੀ ਵਿੱਚ ਧਾਰਮਿਕ ਬੰਦਿਆਂ ਦੀ ਕੋਈ ਮੰਜ਼ਿਲ। ਉਹਨਾਂ ਨੂੰ ਵੀ ਨੀਂਦ ਆਉਂਦੀ ਹੈ, ਧਾਰਮਿਕ ਲੋਕਾਂ ਨੂੰ ਵੀ ਨੀਂਦ ਆਉਂਦੀ ਹੈ। ਉਹ ਵੀ ਸਕੂਲ ਦੀਆਂ ਕਲਾਸਾਂ ਦੇ ਵਿੱਚੋਂ ਭੱਜਦੇ ਨੇ ਅਤੇ ਧਾਰਮਿਕ ਬੰਦੇ ਵੀ ਵਿੱਚੋਂ ਹੀ ਭੱਜਦੇ ਨੇ, ਕਿਉਂਕਿ ਮੰਜ਼ਿਲ ਹੀ ਕੋਈ ਨਹੀਂ ਹੈ, ਵਿਸ਼ਾ ਕੋਈ ਨਹੀਂ। ਉਹ ਜਿਹੜਾ ਕੰਮ ਕਰ ਰਹੇ ਨੇ ਉਹਨਾਂ ਵਿੱਚ ਉਹਨਾਂ ਦਾ ਸ਼ੌਂਕ ਨਹੀਂ ਜਾਗੇਗਾ ਕਦੇ। ਇਸ ਲਈ ਜੇ ਧਰਮ ਅਖਤਿਆਰ ਕਰਨਾ ਹੋਵੇ ਤਾਂ ਉਹਦੀ ਮੰਜ਼ਿਲ ਪਰਮਾਤਮਾ ਹੈ। ਗੁਰਬਾਣੀ ਵਿੱਚ ਲਿਖੀ ਧਾਰਮਿਕ ਬੰਦੇ ਦਾ ਮਿਸ਼ਨ, ਉਹਦਾ ਆਖਰੀ ਅਹੁਦਾ, ਉਹਦੇ ਜਾਣ ਦੀ ਥਾਂ, ਉਹਦੀ ਮੰਜ਼ਿਲੇ ਮਕਸੂਦ ਹੈ ਪਰਮਾਤਮਾ। ਜੇ ਤਾਂ ਉਹ ਮੰਜ਼ਿਲ ਉਹ ਰੱਖ ਕੇ ਤੁਰਿਆ, ਫਿਰ ਤਾਂ ਉਹ ਧਰਮ ਦੇ ਵਿੱਚ ਪੂਰਾ ਸਾਵਧਾਨ, ਪੂਰਾ ਸੁਚੇਤ, ਪੂਰੀ ਤੀਬਰਤਾ ਨਾਲ, ਸ਼ੌਂਕ ਨਾਲ ਤੁਰੇਗਾ। ਅਤੇ ਜੇ ਉਹਦੀ ਮੰਜ਼ਿਲ ਹੀ ਪਰਮਾਤਮਾ ਨਹੀਂ, ਫਿਰ ਤਾਂ ਮੱਖੀਆਂ ਮਾਰਨੀਆਂ ਨੇ, ਭਾਵੇਂ ਬਾਹਰ ਮਾਰ ਲਓ ਭਾਵੇਂ ਗੁਰਦੁਆਰੇ ਵਿੱਚ, ਕੋਈ ਫਰਕ ਨਹੀਂ। ਫਿਰ ਤਾਂ ਉੱਥੇ ਤਾਸ਼ ਖੇਡਣਾ, ਉਹ ਵੀ ਸਮਾਂ ਪਾਸ ਕਰਨਾ। ਇੱਧਰ ਮੰਜ਼ਿਲ ਮੰਦਰ ਮਸਜਿਦ ਗੁਰਦੁਆਰੇ ਵਿੱਚ ਕਰੋ, ਕੀ ਫਰਕ ਹੈ, ਕੋਈ ਫਰਕ ਨਹੀਂ ਪੈਂਦਾ। ਤਾਂ ਜਿਹੜੀ ਚੀਜ਼ ਦੀ ਮੰਜ਼ਿਲ ਕਦੀ ਨਹੀਂ ਹੁੰਦੀ, ਮਿੱਥੀ ਨਹੀਂ ਜਾਂਦੀ, ਉਹਦੇ ਵਾਸਤੇ ਕਦੀ ਵੀ ਕੋਈ ਮਿਹਨਤ ਨਹੀਂ ਕਰਦਾ, ਉਹ ਫਿਰ ਇਸ ਧਰਮ ਨੂੰ ਕੇਵਲ ਇੱਕ ਇਹ ਮੇਲਾ ਜੇਲਾ ਸਮਝ ਲੈਂਦਾ ਵੀ ਇੱਥੇ ਭੀੜ ਹੈ ਇਕੱਠੀ ਹੋਈ, ਚਲੋ ਚੱਲਣੇ ਹਾਂ, ਵੇਖਦੇ ਹਾਂ ਕੀ ਹੋ ਰਿਹਾ ਹੈ, ਕੀ ਬੋਲਿਆ ਜਾ ਰਿਹਾ ਹੈ, ਲੰਗਰ ਵਿੱਚ ਕੀ ਪੱਕਿਆ ਹੋਇਆ ਹੈ, ਗੁਰਦੁਆਰਾ ਕਿਵੇਂ ਦਾ ਹੈ। ਇਹ ਸਾਰੇ ਨਲਾਇਕ ਵਿਦਿਆਰਥੀਆਂ ਦੇ ਲੱਛਣ ਨੇ। ਪਰ ਜਿਹੜਾ ਲਾਇਕ ਵਿਦਿਆਰਥੀ ਹੈ ਉਹ ਤਾਂ ਆਪਣੀ ਮੰਜ਼ਿਲ ਵਾਸਤੇ ਦਿਨ ਰਾਤ ਉਤਸੁਕ ਰਹਿੰਦਾ ਹੈ,
ਤੁਰਿਆ ਰਹਿੰਦਾ। ਭਾਈ ਵੀਰ ਸਿੰਘ ਜੀ ਨੇ ਇੱਕ ਬੜਾ ਸੋਹਣਾ ਬਚਨ ਕਿਹਾ ਹੈ, ਕਸ਼ਮੀਰ ਵਿੱਚ ਸਨ ਅਤੇ ਕਿਤੇ ਗੁਰੂ ਕੇ ਸਵਾਰਿਓ ਸ਼ਾਮ ਦੀ ਸੈਰ ਕਰਦਿਆਂ ਕਰਦਿਆਂ ਕਿਸੇ ਨਦੀ ਦੇ ਕਿਨਾਰੇ ਤੁਰਦਿਆਂ ਤੁਰਦਿਆਂ ਵਾਪਸ ਆਉਂਦਿਆਂ ਨੂੰ ਦੇਰ ਹੋ ਗਈ, ਵਾਪਸ ਆਉਂਦਿਆਂ ਨੂੰ ਹਨੇਰਾ ਪੈ ਗਿਆ। ਤੁਰ ਰਹੇ ਸਨ ਅਤੇ ਨਾਲ ਸਾਥੀ ਸਨ ਅਤੇ ਆਪ ਰੱਬ ਦੇ ਰੰਗ ਵਿੱਚ ਵਹਿ ਕੇ ਬੜੀ ਕਵਿਤਾ ਬੜੀ ਉਚਾਰਿਆ ਕਰਦੇ ਸਨ ਅਤੇ ਨਾਲਦਿਆਂ ਨੇ ਕਿਹਾ, ਭਾਈ ਸਾਹਿਬ ਚੱਲੀਏ ਜਲਦੀ, ਹਨੇਰਾ ਪੈ ਗਿਆ ਹੈ। ਵੇਖੋ ਚੁੱਪ ਸ਼ਾਂਤ, ਕੋਈ ਪੰਛੀ ਨਹੀਂ ਉੱਡਦਾ, ਕੋਈ ਮਨੁੱਖ ਨਹੀਂ ਤੁਰਦਾ, ਰਾਤ ਪੰਛੀ ਆਲ੍ਹਣਿਆਂ ਵਿੱਚ ਰੁਕ ਗਏ ਨੇ, ਕੀੜੇ ਮਕੌੜੇ ਆਪਣੀਆਂ ਖੁੱਡਾਂ ਵਿੱਚ ਵੜ ਗਏ ਨੇ, ਲੋਕ ਆਪੋ ਆਪਣੇ ਘਰਾਂ ਵਿੱਚ ਚਲੇ ਗਏ ਨੇ, ਠੰਡ ਹੈ। ਭਾਈ ਸਾਹਿਬ ਨੇ ਉੱਥੇ ਇੱਕ ਕਵਿਤਾ ਉਚਾਰਨ ਕੀਤੀ, ਇੱਕ ਬਚਨ ਉਚਾਰਿਆ। ਉਹਨਾਂ ਨੇ ਉਸ ਹਨੇਰੇ ਵਿੱਚ ਵਹਿੰਦੇ ਹੋਏ ਉਸ ਦਰਿਆ ਵੱਲ ਇਸ਼ਾਰਾ ਕੀਤਾ, ਕਹਿਣ ਲੱਗੇ ਸਾਰੇ ਰੁਕ ਗਏ ਨੇ, ਕੋਈ ਪੰਛੀ ਪਰਿੰਦਾ ਪਰ ਨਹੀਂ ਮਾਰ ਰਿਹਾ, ਰੁੱਖ ਵੀ ਰੁਕ ਗਏ ਨੇ, ਉਹ ਵੀ ਆਰਾਮ ਕਰਨ ਲੱਗ ਪਏ, ਮਨੁੱਖ ਵੀ ਆਰਾਮ ਕਰਨ ਲੱਗ ਪਏ, ਹਰ ਇੱਕ ਆਰਾਮ ਵਿੱਚ ਹੈ, ਪਰ ਇਹ ਦਰਿਆ ਤੂੰ ਇਕੱਲਾ ਕਿਉਂ ਵਹਿ ਰਿਹਾ ਹੈ, ਨਾ ਤੈਨੂੰ ਹਨੇਰੇ ਦਾ ਪਤਾ ਵੀ ਸ਼ਾਮ ਪੈ ਗਈ, ਮੈਂ ਵੀ ਘੜੀ ਬਹਾਂ ਆਰਾਮ ਕਰ ਲਵਾਂ, ਨਹੀਂ, ਤੇਰੀ ਉਹੀ ਚਾਲ ਜਿਹੜੀ ਦਿਨੇ ਸੀ ਉਸੇ ਚਾਲ ਵਿੱਚ ਵਹੀ ਜਾ ਰਿਹਾ। ਕਹਿੰਦੇ ਉਹਨਾਂ ਨੇ ਦਰਿਆ ਨੂੰ ਇੱਕ ਸਵਾਲ ਕੀਤਾ ਵੀ ਤੂੰ ਬੈਠਾ ਕਿਉਂ ਨਹੀਂ, ਤੂੰ ਕਿਉਂ ਨਹੀਂ ਆਰਾਮ ਕਰਦਾ, ਰਾਤ ਤੂੰ ਵੀ ਰੁੱਖਾਂ ਸਵੇਰੇ ਚੱਲ ਪਈ। ਕਹਿੰਦੇ ਅੱਗੋਂ ਉਹਨੇ ਜਵਾਬ ਦਿੱਤਾ, ਕਹਿਣ ਲੱਗੇ ਵੀਰ ਸਿੰਘਾ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਜਿਨ੍ਹਾਂ ਦੇ ਅੰਦਰ ਕਿਤੇ ਪਹੁੰਚਣ ਦੀ ਤਮੰਨਾ ਹੈ, ਖਿੱਚ ਹੈ, ਮੰਜ਼ਲੇ ਮਕਸੂਦ 'ਤੇ ਜਾਣਾ ਹੈ, ਉਹ ਕਦੀ ਵੀ ਆਰਾਮ ਕਰਕੇ ਨਹੀਂ ਬਹਿੰਦੇ, ਨਾ ਉਹਨਾਂ ਦਾ ਕੋਈ ਸਮਾਂ ਹੈ, ਨਾ ਉਹਨਾਂ ਦੀ ਕੋਈ ਰਾਤ ਹੈ, ਨਾ ਉਹਨਾਂ ਦਾ ਕੋਈ ਦਿਨ ਹੈ, ਇੱਕੋ ਰਾਤ। ਜਿਨ੍ਹਾਂ ਨੇ ਪੁੱਛਿਆ ਤੂੰ ਕਿੱਥੇ ਜਾਣਾ, ਕਹਿਣ ਲੱਗੇ ਮੇਰੀ ਯਾਤਰਾ ਸ਼ੁਰੂ ਹੋਈ ਸੀ ਸਮੁੰਦਰ ਤੋਂ, ਦਰਿਆ ਨੇ ਜਵਾਬ ਦਿੱਤਾ, ਕਿਉਂਕਿ ਸਮੁੰਦਰ ਵਿੱਚੋਂ ਮੈਂ ਬੱਦਲ ਬਣ ਕੇ ਉੱਠਿਆ ਸੀ, ਪਹਾੜਾਂ ਵਿੱਚ ਆ ਕੇ ਵਰ ਗਿਆ, ਮੈਨੂੰ ਆਪਣੇ ਕੇਂਦਰ ਤੋਂ ਵਿਛੋੜਾ ਪੈ ਗਿਆ ਅਤੇ ਜਿੰਨਾ ਚਿਰ ਮੈਂ ਉਹਦੇ ਤੱਕ ਗਿਆ ਨਾ ਉਨਾ ਚਿਰ ਮੈਂ ਰੁਕਣਾ ਨਹੀਂ, ਤੁਰੀਏ ਜਾਣਾ ਹੈ, ਜੀਵਨ ਹੈ ਹੀ ਤੁਰਨਾ। ਲੋਕ ਕਹਿੰਦੇ ਰੱਬ ਵੱਲ ਤੁਰਨਾ ਕਿਉਂ ਹੈ, ਕੀ ਕਾਰਨ ਹੈ, ਇਹਦੀ ਜ਼ਰੂਰਤ ਕੀ ਪੈ ਗਈ, ਇਹ ਰੌਲਾ ਗੌਲਾ ਕਿਉਂ ਹੈ, ਕੀ ਸਾਰੇ ਲੋਕਾਂ ਨੂੰ ਰੱਬ ਵੱਲ ਯਾਤਰਾ ਕਰਨੀ ਚਾਹੀਦੀ ਕਿ ਨਹੀਂ, ਕਿ ਥੋੜ੍ਹੇ ਲੋਕ ਚਾਹੀਦੇ ਜਿਹੜੇ ਉੱਧਰ ਯਾਤਰਾ ਕਰਨ, ਨਹੀਂ, ਕੁਦਰਤ ਵੱਲ ਜਿੱਧਰ ਵੇਖੋ, ਜਿੱਥੋਂ ਕੁਦਰਤ ਵਿੱਚ ਜਿਹੜੀ ਚੀਜ਼ ਪੈਦਾ ਹੋਈ ਉਹ ਵਾਪਸ ਉਹਦੇ ਵੱਲ ਸਫ਼ਰ ਕਰੀ ਜਾ ਰਹੀ ਹੈ, ਜਿੱਥੋਂ ਕੋਈ ਪੈਦਾ ਹੋਇਆ। ਗੁਰੂ ਅਰਜਨ ਦੇਵ ਜੀ ਨੇ ਉਦਾਹਰਣ ਵੀ ਦਿੱਤੀ ਹੈ ਕਿ ਤੁਸੀਂ ਇੱਕ ਰੁੱਖ ਵੱਲ ਵੇਖੋ, ਬੀਜ ਤੋਂ ਪੈਦਾ ਹੋਇਆ ਅਤੇ ਜਿੱਦਣ ਦਾ ਉੱਗਿਆ ਬੀਜ ਵਿੱਚੋਂ ਧਰਤੀ ਵਿੱਚ ਬੀਜ ਬੀਜਿਆ, ਰੁੱਖ ਇੱਕ ਪਲ ਵੀ ਕਦੇ ਰੁਕਿਆ ਨਹੀਂ, ਦਿਨ ਰਾਤ ਉਹਦੇ ਵਿੱਚੋਂ ਪੱਤੇ ਨਿਕਲੀ ਜਾ ਰਹੇ, ਕਈ ਸਾਲਾਂ ਤੱਕ ਉਹ ਸਫ਼ਰ ਕਰਦਾ ਹੈ, ਕਿਤੇ ਸੌਂਦਾ ਨਹੀਂ, ਕਿਤੇ ਰੁਕਦਾ ਨਹੀਂ, ਕਿਤੇ ਬਹਿੰਦਾ ਨਹੀਂ, ਅਤੇ ਤੁਰਦਾ ਤੁਰਦਾ ਇੱਕ ਦਿਨ ਉਹ ਫੁੱਲਾਂ ਤੱਕ ਚਲਾ ਜਾਂਦਾ ਹੈ, ਬੂਰ ਤੱਕ ਚਲਾ ਜਾਂਦਾ ਹੈ, ਫਿਰ ਉਹਨਾਂ ਫੁੱਲਾਂ ਨੂੰ ਫਿਰ ਬੂਰ ਨੂੰ ਅੰਬ ਲੱਗ ਜਾਂਦੇ ਨੇ, ਸਫ਼ਰ ਨਹੀਂ ਮੁੱਕਦਾ ਉਹਦਾ। ਫਿਰ ਕਹਿੰਦੇ ਉਹਨੂੰ ਕਿਸੇ ਪੁੱਛਿਆ ਵੀ ਤੂੰ ਕਿਤੇ ਰੁਕਣਾ ਵੀ ਹੈ ਕਿ ਨਹੀਂ, ਤੈਨੂੰ ਕਿਤੇ ਖੜੋਤ ਵੀ ਹੈ ਕਿ ਨਹੀਂ, ਉਹਨੇ ਕਿਹਾ ਨਹੀਂ, ਮੈਂ ਬੀਜ ਤੋਂ ਜੀਵਨ ਸ਼ੁਰੂ ਕੀਤਾ ਸੀ, ਜਿੰਨਾ ਚਿਰ ਮੈਨੂੰ ਬੀਜ ਨਾ ਲੱਗੇ ਉਨਾ ਚਿਰ ਮੈਂ ਨਹੀਂ ਰੁਕਣਾ। ਯਾਨੀ ਕਿ ਅੰਬ ਗਿਟਕ ਤੋਂ ਪੈਦਾ ਹੋਇਆ ਸੀ ਅਤੇ ਜਿੰਨਾ ਚਿਰ ਉਹਨੂੰ ਗਿਟਕ ਨਾ ਲੱਗੀ, ਜੇ ਉਹਦੇ ਤੋਂ ਪਹਿਲਾਂ ਰੁਕ ਗਿਆ ਉਹਨੂੰ ਕੀ ਕਹਾਂਗੇ ਭਲਾ। ਜੇ ਕੋਈ ਅੰਬ ਦਾ ਬੂਟਾ ਬੀਜ ਦਿੱਤਾ ਜ਼ਮੀਨ ਵਿੱਚ, ਉੱਗ ਪਿਆ, ਪੱਤੇ ਨਿਕਲ ਆਏ ਅਤੇ ਦੋ ਚਾਰ ਸਾਲ ਵਿੱਚ ਬਿਨਾਂ ਅੰਬ ਲੱਗਣ ਤੋਂ ਸੁੱਕ ਜਾਏ ਜਾਂ ਰੁਕ ਜਾਏ, ਕੀ ਕਹਾਂਗੇ ਇਹਨੂੰ, ਪੁੱਟ ਕੇ ਬਾਹਰ ਵਗਾ ਦਿਓ, ਨਿਕੰਮਾ ਹੈ। ਕਿਉਂ? ਇਹਨੂੰ ਬੀਜਿਆ ਸੀ ਅੰਬ ਪੈਦਾ ਕਰਨ ਲਈ, ਇੱਕ ਤੋਂ ਕਈ ਪੈਦਾ ਕਰਨੇ ਸਨ,
ਇਹ ਰਾਹ ਵਿੱਚ ਰੁਕ ਗਿਆ ਨੂੰ ਪੱਟ ਕੇ ਬਾਹਰ ਵਗਾਓ, ਹੋਰ ਲਾਓ ਇਹਦੀ ਥਾਂ 'ਤੇ, ਇਹ ਸਮਾਂ ਬਰਬਾਦ ਕਰ ਰਿਹਾ। ਕੁਦਰਤ ਨੇ ਮਨੁੱਖ ਨੂੰ ਬੀਜਿਆ ਹੈ, ਇੱਕ ਜੋਤ ਛੋਟੀ ਜਿਹੀ ਪਾਈ ਵਿੱਚ, ਇੱਕ ਬੀਜ ਪਾਇਆ, ਇੱਕ ਨੂਰ ਦੀ ਕਣੀ ਪਾਈ ਵਿੱਚ, ਔਰ ਇਹਨੇ ਆਪਣੀ ਇੱਕ ਕਣੀ ਤੋਂ ਹਜ਼ਾਰਾਂ ਕਣੀਆਂ ਬਣਨਾ, ਇਹਦਾ ਸਫ਼ਰ ਹੈ, ਉਹਦਾ ਰੂਪ ਬਣਨਾ। ਅਤੇ ਜਿਹੜਾ ਮਨੁੱਖ ਰਾਹ ਵਿੱਚ ਰੁਕ ਗਿਆ, ਜਿਵੇਂ ਇੱਕ ਮਾਲੀ ਰਾਹ ਵਿੱਚ ਰੁਕੇ ਹੋਏ ਅੰਬ ਨੂੰ ਪੱਟ ਕੇ ਬਾਹਰ ਸਿੱਟ ਦਿੰਦਾ ਹੈ, ਇਸ ਤਰ੍ਹਾਂ ਫਿਰ ਉਸ ਕੁਦਰਤ ਉਸ ਮਨੁੱਖ ਨੂੰ ਇਸ ਮਨੁੱਖੀ ਸਰੀਰ ਵਿੱਚੋਂ ਪੱਟ ਕੇ ਪਾਸੇ ਵਗਾ ਦਿੰਦੀ ਹੋਰ ਜੋਨਾਂ ਵਿੱਚ, ਕਿਉਂਕਿ ਸਫ਼ਰ ਨਹੀਂ ਕਰ ਰਿਹਾ, ਪਿੱਛੇ ਜਾ ਰਿਹਾ ਹੈ। ਗੁਰੂ ਅਰਜਨ ਦੇਵ ਜੀ ਨੇ ਉਦਾਹਰਣ ਦਿੱਤੀ, ਬੀਜ ਬੀਜ ਦੇਖਿਓ ਅਨੇਕ ਪ੍ਰਕਾਰਾ, ਫਲ ਪਾ ਕੇ ਅਤੇ ਏਕੰਕਾਰਾ। ਬੀਜ ਨੂੰ ਬੀਜੋ, ਰੁੱਖ ਉਹਨਾਂ ਚਿਰ ਨਹੀਂ ਖਲੋਂਦਾ ਜਿੰਨਾ ਚਿਰ ਪਰਤ ਕੇ ਉਹਨੂੰ ਬੀਜ ਨਹੀਂ ਲੱਗ ਜਾਂਦੇ। ਤੁਸੀਂ ਆਹ ਸਾਹਮਣੇ ਵੇਖਦੇ ਹੋ, ਇਹ ਕਣਕ ਬੀਜੀ ਗਈ ਹੈ, ਝੋਨਾ ਬੀਜਿਆ ਜਾਂਦਾ ਹੈ, ਕਣਕ ਜਿੱਦਣ ਦੀ ਬੀਜੀ ਹੈ ਇੱਕ ਦਾਣੇ ਵਿੱਚੋਂ ਇੱਕ ਬੂਟਾ ਬਣਿਆ, ਉਹਨਾਂ ਚਿਰ ਉਹ ਰੁਕੇਗੀ ਨਹੀਂ, ਉਹਦੇ ਪੱਤੇ ਨਿਕਲਦੇ ਜਾਣਗੇ ਜਿੰਨਾ ਚਿਰ ਉਹਨੂੰ ਸਿੱਟਾ ਨਹੀਂ ਲੱਗਦਾ ਅਤੇ ਪਰਤ ਕੇ ਦਾਣੇ ਕਣਕ ਦੇ ਨਹੀਂ ਆਉਂਦੇ, ਉਹਨਾਂ ਚਿਰ ਉਹ ਰੁਕੇਗੀ। ਕੁਦਰਤ ਦਾ ਨਿਯਮ ਹੈ ਧਰਮ। ਧਰਮ ਦੇ ਅਰਥ ਕੀ ਨੇ? ਤੁਰੀ ਜਾਣਾ, ਸਫ਼ਰ ਵਿੱਚ ਰਹਿਣਾ, ਅਤੇ ਉਹਨਾਂ ਚਿਰ ਸਫ਼ਰ ਵਿੱਚੋਂ ਨਾ ਰੁਕਣਾ ਜਿੰਨਾ ਚਿਰ ਜਿੱਥੋਂ ਸ਼ੁਰੂ ਹੋਏ ਸਾਂ ਵਾਪਸ ਉੱਥੇ ਨਹੀਂ ਆਉਂਦੇ। ਬਸ ਇਹ ਧਰਮ ਦਾ ਸਾਰ ਹੈ, ਇਹ ਸਾਰਾ ਨਿਚੋੜ ਹੈ ਸਾਡੀ ਜ਼ਿੰਦਗੀ ਦਾ। ਅਸੀਂ ਜਿੱਥੋਂ ਪੈਦਾ ਹੋਏ ਹਾਂ, ਕਬੀਰ ਜੈਸੀ ਉਪਜੀ ਪੇੜ 'ਤੇ, ਜੋ ਤੈਸੀ ਉਪਜੈ ਨਿਭ ਹੈ ਓੜ, ਹੀਰਾ ਕਿਸ ਕਾ ਵਾਪਰਾ ਪੁਜੈ ਨਾ ਰਤਨ ਕਰੋੜ। ਸਾਡਾ ਜੀਵਨ ਇੱਕ ਜੋਤ ਤੋਂ ਸ਼ੁਰੂ ਹੋਇਆ, ਉਹਨੇ ਜੋਤ ਅੰਦਰ ਲੁਕੋ ਦਿੱਤੀ ਹੈ, ਅਤੇ ਜਿੰਨਾ ਚਿਰ ਦੇ ਵਿੱਚੋਂ ਜੋਤ ਪ੍ਰਗਟ ਨਹੀਂ ਹੁੰਦੀ, ਉਹਨਾਂ ਚਿਰ ਅਸੀਂ ਅਧੂਰੇ ਹਾਂ, ਅੱਧ ਵਿੱਚ ਹਾਂ। ਭਾਈ ਸਾਹਿਬ ਨੇ ਕਿਹਾ, ਦਰਿਆ ਨੇ ਜਵਾਬ ਦਿੱਤਾ, ਉਹਨੇ ਕਿਹਾ, ਵੀਰ ਸਿੰਘ ਆ, ਅਤੇ ਤੁਸੀਂ ਉਹ ਸੌਣ ਵਾਲੇ, ਅਸੀਂ ਨਹੀਂ ਸੌਂਦੇ, ਇਹ ਤੁਸੀਂ ਉਹ ਅੱਧ ਅੱਧ ਵਿੱਚ ਰਹਿਣ ਵਾਲੇ, ਤੁਹਾਡਾ ਸੁਭਾਅ ਬਣ ਗਿਆ ਅੱਧ ਵਿੱਚ ਲਟਕੇ ਰਹਿਣਾ, ਤੁਹਾਡੀ ਜ਼ਿੰਦਗੀ ਅੱਧ ਵਿੱਚ ਖੜੀ ਹੋਈ ਹੈ। ਇਸ ਕਰਕੇ ਗੁਰੂ ਅਰਜਨ ਦੇਵ ਜੀ ਨੇ ਇੱਕ ਬਾਣੀ ਦਿੱਤੀ ਹੈ ਸਿੱਖ ਨੂੰ, ਸੁਖਮਣੀ ਸਾਹਿਬ, ਉਹ 24 ਅਸ਼ਟਪਦੀਆਂ ਨੇ, 24 ਸਲੋਕ ਨੇ, ਅਤੇ 24 ਘੰਟੇ ਨੇ। ਜਦੋਂ 24 ਘੰਟੇ ਖਤਮ ਹੁੰਦੇ, ਆਪਾਂ ਕਹਿੰਦੇ ਦਿਨ ਅਤੇ ਰਾਤ ਪੂਰਾ ਹੋ ਗਿਆ। ਉਹ ਬਾਣੀ ਵੀ ਜਦੋਂ ਸੰਪੂਰਨਤਾ 'ਤੇ ਆਉਂਦੀ ਹੈ ਅਤੇ 24ਵਾਂ ਸਲੋਕ ਆਉਂਦਾ, ਅਤੇ ਉੱਥੇ ਗੁਰੂ ਅਰਜਨ ਦੇਵ ਜੀ ਨੇ ਪੂਰਨਤਾ ਦੀ ਗੱਲ ਕੀਤੀ ਹੈ। ਉਹ ਕਹਿੰਦੇ ਨੇ, ਪੂਰਾ ਪ੍ਰਭ ਆਰਾਧਿਆ, ਪੂਰਾ ਜਾਂਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਅਧੂਰਾ ਕੁਝ ਵੀ ਚੰਗਾ ਨਹੀਂ। ਤੁਸੀਂ ਮਕਾਨ ਬਣਾਓ, ਜੇ ਛੱਤ ਵਿੱਚ ਹੀ ਲਮਕਿਆ, ਆਦਮੀ ਉਹਦੇ ਵੱਲ ਵੇਖਦੇ ਹੀ ਨਹੀਂ, ਅੱਧ ਵਿੱਚ ਪਿਆ ਹੋਇਆ। ਕਵਿਤਾ ਅੱਧੀ ਲਿਖੀ ਹੈ, ਨਿਕੰਮੀ ਹੈ। ਕੱਪੜਾ ਅੱਧਾ ਸੀਪਿਆ ਹੋਇਆ, ਨਿਕੰਮਾ ਹੈ, ਠੀਕ ਨਹੀਂ ਲੱਗਦਾ, ਮਨੁੱਖ ਉਹਨੂੰ ਪਹਿਨਦੇ ਹੀ ਨਹੀਂ। ਕਲਾਸ ਅੱਧੀ ਛੱਡ ਦਿੱਤੀ, ਉਹ ਵੀ ਕੋਈ ਕੰਮ ਨਹੀਂ ਆਉਂਦੀ। ਕੋਈ ਵੀ ਕੰਮ ਅੱਧਾ ਕੰਮ ਨਹੀਂ ਆਉਂਦਾ, ਭੈੜਾ ਲੱਗਦਾ ਹੈ, ਠੀਕ ਨਹੀਂ ਲੱਗਦਾ। ਇਸ ਕਰਕੇ ਸਾਨੂੰ ਆਪਣਾ ਜੀਵਨ ਠੀਕ ਨਹੀਂ ਲੱਗਦਾ, ਕਿਉਂਕਿ ਅਧੂਰੇ ਮਕਾਨ ਵਰਗਾ ਹੈ। ਕਿਤੇ ਇੱਟ ਕਿੱਧਰ ਲਮਕੀ ਹੋਈ ਹੈ, ਕਿਤੇ ਛੱਤ ਨਹੀਂ ਪਿਆ, ਪੂਰਾ ਨਹੀਂ ਹੋਇਆ ਜੀਵਨ। ਇਸ ਕਰਕੇ ਭਾਈ ਸਾਹਿਬ ਕਹਿੰਦੇ, ਪੂਰਾ ਕਿਉਂ ਨਹੀਂ ਹੋਇਆ? ਇਹ ਰਾਹ ਵਿੱਚ ਫਸ ਗਿਆ, ਸੰਸਾਰ ਵਿੱਚ, ਅੱਗੇ ਤੁਰਦੇ ਹੀ ਨਹੀਂ, ਸਫ਼ਰ ਕਰਨਾ ਹੀ ਭੁੱਲ ਗਿਆ। ਤਾਂ ਉਸ ਦਰਿਆ ਨੇ ਜਵਾਬ ਦਿੱਤਾ, ਕਹਿਣ ਲੱਗਾ, ਮੇਰੀ ਪੂਰਨਤਾ ਹੈ ਸਮੁੰਦਰ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਹੀਂ ਬਹਿੰਦੇ, ਨੇਹ ਵਾਲੇ ਨੈਣਾ ਕੀ ਨੀਂਦਰ, ਉਹ ਦਿਨੇ ਰਾਤ ਪੈ ਬਹਿੰਦੇ। ਦਿਨ ਰਾਤ ਚੱਲੀ ਜਾਣਾ, ਤੁਰੀ ਜਾਣਾ, ਸਫ਼ਰ ਵਿੱਚ ਰਹਿਣਾ, ਅੱਗੇ ਵਧੀ ਜਾਣਾ, ਕੰਮ ਕਰੀ ਜਾਣਾ, ਖਲੋ ਜਾਣਾ ਤਾਂ ਇੱਕ ਮੁਰਦਾਪਣ ਹੈ। ਇਹ ਸਰੀਰ ਨੂੰ ਰੋਕ ਦੇਣਾ ਸਿਰਫ ਚਾਰ ਚੀਜ਼ਾਂ 'ਤੇ, ਚੰਗਾ ਖਾਣਾ ਪਹਿਨਣਾ, ਇਹਦੇ ਉੱਤੇ ਰੋਕ ਲੈਣਾ ਅਤੇ ਸਰੀਰ ਦੇ ਨਾਲ ਬੇਇਨਸਾਫ਼ੀ ਹੈ, ਸਿਮਰਨ ਤੋਂ ਬਿਨਾਂ ਇਹਨੂੰ ਇੱਕ ਮਸ਼ੀਨ ਔਰ ਮੁਰਦਾ ਬਣਾਉਣ ਦੇ ਤੁੱਲ ਹੈ। ਇਸ ਕਰਕੇ ਸਤਿਗੁਰੂ ਕਹਿੰਦੇ, ਤੂੰ ਸਾਰਿਆਂ ਦੇ ਅੰਦਰ ਸਫ਼ਰ ਕਰ ਰਿਹਾ, ਤੂੰ ਆਪ ਵੀ ਸਫ਼ਰ ਵਿੱਚ ਹੈ। ਜਿਹੜੇ ਲੋਕ ਸਫ਼ਰ ਨਹੀਂ ਕਰਦੇ,
ਜਿਹੜੇ ਲੋਕ ਤੈਨੂੰ ਨਹੀਂ ਜਪਦੇ, ਸਫ਼ਰ ਦਾ ਇੱਥੇ ਮਤਲਬ ਯਾਤਰਾ ਕਰਨੀ ਨਹੀਂ। ਇਹ ਯਾਤਰਾ ਬਣੀ ਤਾਂ ਸੀ ਕਿ ਥੋੜ੍ਹਾ ਜਿਹਾ ਆਦਮੀ ਨੂੰ ਕਿਸੇ ਚੀਜ਼ ਨਾਲੋਂ ਪਕੜ ਘੱਟ ਜਾਏ, ਥੋੜ੍ਹਾ ਜਿਹਾ ਘਰ ਤੋਂ ਬਾਹਰ ਉੱਠੇ, ਇਸ ਮਿੱਟੀ ਤੋਂ, ਇਸ ਚਾਰ ਦੁਆਰੀ ਨੂੰ ਥੋੜ੍ਹਾ ਜਿਹਾ ਛੱਡਣ ਦੀ ਗੱਲ ਸ਼ੁਰੂ ਹੋਵੇ। ਦਾਨਵੀ ਸ਼ਬਦ ਤਾਂ ਆਇਆ, ਨਹੀਂ ਤਾਂ ਦਾਨ ਕਰਨ ਦਾ ਵੈਸੇ ਧਰਮ ਨਾਲ ਹੋਰ ਕੋਈ ਸੰਬੰਧ ਨਹੀਂ। ਗੁਰੂ ਸਾਹਿਬ ਨੇ ਕਿਹਾ ਨਾ ਦਸਵਾਂ ਹਿੱਸਾ ਦੇ, ਤਾਂ ਦਸਵਾਂ ਹਿੱਸਾ ਕਿਉਂ ਕਿਹਾ ਦੇ? ਅਜੇ ਸਿਰ ਦੇਣਾ ਤਾਂ ਬੜੀ ਦੂਰ ਹੈ, ਸਿਰ ਦੇਣਾ ਤਾਂ ਉਸ ਦਸਵੇਂ ਹਿੱਸੇ ਤੋਂ ਕਈ ਸੈਂਕੜੇ ਕੋਹ ਦੂਰ ਹੈ। ਪਹਿਲਾਂ ਕਿਹਾ ਵੀ ਤੂੰ ਦਸਵਾਂ ਹਿੱਸਾ ਦੇ, ਕਿਉਂਕਿ ਜਦੋਂ ਦਸਵਾਂ ਦਏਗਾ ਤਾਂ ਅੰਦਰੋਂ ਥੋੜ੍ਹੀ ਜਿਹੀ ਮਾਇਆ ਤੋਂ ਵਿੱਤ ਪਏਗੀ, ਉੱਥੇ ਪਤਾ ਲੱਗ ਜਾਏਗਾ ਮਨੁੱਖ ਨੂੰ ਅਜੇ ਮੈਂ ਛੁੱਟਿਆ ਕੋਈ ਨਹੀਂ। ਅੰਦਰੋਂ ਮਨ ਨਹੀਂ ਕਰੇਗਾ, ਅੰਦਰੋਂ ਚਿੱਤ ਨਹੀਂ ਕਰੇਗਾ। ਆ ਕਈ ਵਾਰੀ ਆਦਮੀ ਕਿਤੇ ਥਾਂ 'ਤੇ ਸਭਾ ਵਿੱਚ ਗਿਆ ਹੋਵੇ ਨਾ, ਧਾਰਮਿਕ ਸਭਾ ਹੋਵੇ, ਅਤੇ ਧਾਰਮਿਕ ਪ੍ਰਬੰਧਕਾਂ ਨੂੰ ਵੀ ਤਰੀਕਾ ਹੁੰਦਾ ਵੀ ਕਿਵੇਂ ਇਹਦੀ ਜੇਬ ਵਿੱਚੋਂ ਕਢਾਉਣੇ ਨੇ, ਦਿੰਦਾ ਤਾਂ ਹੈ ਨਹੀਂ। ਉਹ ਫਿਰ ਅਨਾਊਂਸ ਕਰ ਦਿੰਦੇ ਨੇ ਫਲਾਣੇ ਨੇ ਇਹ ਦਿੱਤਾ, ਤਰੀਕਾ ਹੈ ਉਹਨੇ ਦਿੱਤਾ, ਅਤੇ ਉਹ ਜਿਹੜੀ ਲੋਕ ਇਲਾਜ ਹੈ ਉਹਦੇ ਅਧੀਨ ਉਹਨੂੰ ਜੇ ਕੋਈ 10-15 ਹਜ਼ਾਰ ਕੱਢ ਕੇ ਦੇਣਾ ਪੈ ਜਾਏ, ਉਹਦੇ ਮਨ ਨੂੰ ਪੁੱਛ ਕੇ ਵੇਖਣਾ, ਇੱਕ ਇੱਕ ਸਾਲ ਸਾਲ ਭਰ ਉਹਨੂੰ 15 ਹਜ਼ਾਰ ਭੁੱਲਦਾ ਨਹੀਂ ਵੀ ਕਿੱਥੇ ਫਸ ਗਿਆ, ਕਿੱਥੇ ਦੇ ਬੈਠਾ, ਇੰਨੀ ਪਕੜ ਹੈ ਅੰਦਰੋਂ, ਇੰਨਾ ਸੰਬੰਧਿਤ ਹੋ ਗਿਆ। ਉਸ ਸੰਬੰਧ ਨੂੰ ਤੋੜਨ ਵਾਸਤੇ ਗੁਰੂ ਸਾਹਿਬ ਨੇ ਕਿਹਾ ਵੀ ਇਹਨੂੰ ਥੋੜ੍ਹਾ ਥੋੜ੍ਹਾ ਛੱਡਣ ਦੀ ਜਾਚ ਆਵੇ, ਥੋੜ੍ਹਾ ਥੋੜ੍ਹਾ ਬਾਹਰ ਕੱਢੇ ਵਿੱਚੋਂ, ਨਿਕਲੇ ਇਹਦੇ ਹੱਥਾਂ ਵਿੱਚੋਂ ਕੁਝ, ਇਹਦੇ ਹੱਥ ਖੁੱਲ੍ਹਣ। ਹੱਥ ਖੁੱਲ੍ਹਣਗੇ ਅਤੇ ਮਨ ਦੇ ਦਰਵਾਜ਼ੇ ਖੁੱਲ੍ਹਣਗੇ। ਮਨ ਦਾ ਦਰਵਾਜ਼ਾ ਕੋਈ ਕਿਸੇ ਪਾਸਿਓਂ ਖੁੱਲ੍ਹੇ ਅਤੇ ਅਰਦਾਸ ਕਰਨ ਦਾ ਵੀ ਸਵਾਦ ਹੈ ਵੀ ਤੂੰ ਮੇਰੇ ਘਰ ਵਿੱਚ ਆ, ਅਸੀਂ ਅਰਦਾਸ ਤਾਂ ਕਰੀ ਜਾਂਦੇ ਹਾਂ ਘਰ ਵਿੱਚ ਆ, ਦਰਵਾਜ਼ਿਆਂ ਨੂੰ ਤਾਂ ਜੰਦੇ ਲੱਗੇ ਹੋਏ ਨੇ, ਦਰਵਾਜ਼ੇ ਤਾਂ ਬੰਦ ਪਏ ਨੇ ਮਨ ਦੇ, ਰਾਹ ਤਾਂ ਹੈ ਹੀ ਨਹੀਂ। ਤਾਂ ਇਹ ਇੱਕ ਸੱਚ ਹੈ, ਜਦੋਂ ਸਿੱਖ ਗੁਰੂ ਅੱਗੇ ਅਰਦਾਸ ਕਰਦਾ ਤੂੰ ਮੇਰੇ ਜੀਵਨ ਵਿੱਚ ਆ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਗੁਰੂ ਨਹੀਂ ਆਉਂਦਾ, ਰੱਬ ਨਹੀਂ ਆਉਂਦਾ। ਆਉਂਦਾ ਤਾਂ ਹੈ, ਪਰ ਉਹ ਹੈਰਾਨ ਹੋ ਜਾਂਦਾ ਆ ਕੇ ਕਿ ਇਹ ਮੈਨੂੰ ਬੁਲਾ ਤਾਂ ਰਿਹਾ ਸੀ ਅਤੇ ਹੁਣ ਮੈਂ ਦਰਵਾਜ਼ੇ ਅੱਗੇ ਖੜ੍ਹਾ, ਦਰਵਾਜ਼ਾ ਇਹਨੇ ਬੰਦ ਕਰ ਦਿੱਤਾ ਹੈ, ਅੰਦਰ ਜਾਣ ਵਾਸਤੇ ਤਾਂ ਰਸਤਾ ਹੀ ਨਹੀਂ। ਇਹਨਾਂ ਇਹਨੇ ਚੌਵਾਂ ਪਾਸਿਓਂ ਆਸਾ ਅੰਦੇਸਾ ਦੋਏ ਪੱਟ ਜੜੇ, ਇਹਨੇ ਬੰਦ ਕਰ ਲਿਆ ਆਪਣੇ ਆਪ ਨੂੰ, ਖੋਲ੍ਹਦੇ ਨਹੀਂ। ਤਾਂ ਇਸ ਤਰ੍ਹਾਂ ਅਕਾਲ ਪੁਰਖ ਦਾ ਇੱਕ ਸੁਭਾਵ ਕਲਗੀਧਰ ਪਾਤਸ਼ਾਹ ਜੀ ਨੇ ਇੱਥੇ ਵਰਣਨ ਕੀਤਾ, ਕਹਿੰਦੇ ਕਿ ਸਰਬੁਲ ਗਵਨ ਹੈ, ਸਾਰਿਆਂ ਦੇ ਰਾਹੀਂ ਤੂੰ ਸਫ਼ਰ ਵਿੱਚ ਰਹਿੰਦਾ, ਅੱਗੇ ਵੱਧਦਾ ਜਾਂਦਾ, ਅਤੇ ਸਫ਼ਰ ਦਾ ਮਤਲਬ ਸਾਰਿਆਂ ਵਿੱਚ ਤੂੰ ਸਫ਼ਰ ਕਰ ਰਿਹਾ। ਇੱਕ ਬੱਚਾ ਹੈ, ਦਿਨ ਰਾਤ ਵਧੀ ਜਾ ਰਿਹਾ ਜਵਾਨੀ ਵੱਲ, ਇੱਕ ਜਵਾਨ ਹੈ ਉਹ ਦਿਨ ਰਾਤ ਵਧੀ ਜਾ ਰਿਹਾ ਬੁਢੇਪੇ ਵੱਲ, ਇਸ ਇਹ ਗਵਨ ਹੈ, ਸਫ਼ਰ ਹੈ। ਇੱਕ ਬੁਢੇਪੇ ਵਾਲਾ ਹੈ ਉਹ ਵਧੀ ਜਾ ਰਿਹਾ ਮੌਤ ਵੱਲ, ਅਤੇ ਜਿਹਦੀ ਮੌਤ ਹੋ ਜਾਂਦੀ ਉਹ ਵਧੀ ਜਾ ਰਿਹਾ ਫਿਰ ਜਨਮ ਵੱਲ, ਇਸ ਤਰ੍ਹਾਂ ਤੂੰ ਸਫ਼ਰ ਕਰ ਰਿਹਾ। ਇੱਕ ਰੁੱਖ ਵਿੱਚ ਸਫ਼ਰ ਕਰੀ ਜਾ ਰਿਹਾ, ਸੂਰਜ ਵਿੱਚ ਸਫ਼ਰ ਕਰੀ ਜਾ ਰਿਹਾ, ਧਰਤੀ ਵਿੱਚ ਸਫ਼ਰ ਕਰੀ ਜਾ ਰਿਹਾ, ਹਵਾ ਵਿੱਚ ਸਫ਼ਰ ਕਰ ਰਿਹਾ, ਪਾਣੀ ਵਿੱਚ, ਦਰਿਆਵਾਂ ਵਿੱਚ, ਸਾਰੀਆਂ ਚੀਜ਼ਾਂ ਵਿੱਚ। ਰੁਕਣਾ ਤੈਨੂੰ ਪਸੰਦ ਨਹੀਂ, ਇਸ ਲਈ ਤੂੰ ਤੁਰਦਾ ਹੈ। ਧਰਮ ਦੀ ਇਹ ਦੌਲਤ ਹੈ, ਧਰਮ ਕਦੀ ਇੱਕ ਥਾਂ 'ਤੇ ਟਿਕਦਾ ਨਹੀਂ, ਰੁਕਦਾ ਨਹੀਂ, ਚੱਲਦਾ ਹੋਇਆ ਪਾਣੀ ਹੈ। ਇਸ ਕਰਕੇ ਗੁਰੂ ਸਾਹਿਬ ਦਾ ਜੀਵਨ ਵੇਖੋ, ਉਹ ਕਦੀ ਇੱਕ ਥਾਂ 'ਤੇ ਬਹੁਤਾ ਨਹੀਂ ਰੁਕੇ, ਜੇ ਕਿਤੇ ਰੁਕੇ ਵੀ ਨੇ ਤਾਂ ਥੋੜ੍ਹੇ ਸਾਲ, ਕਿੰਨਾ ਕੁਝ ਥਾਂ ਬਦਲਣਾ ਪਿਆ। ਇਹ ਇੱਕ ਸੁਭਾਵ ਹੈ, ਗਹਿਰਾ ਹੋ ਜਾਂਦਾ ਉਹਦੇ ਵਿੱਚ। ਤਾਂ ਇਹ ਉਹਦਾ ਇੱਕ ਗੁਣ ਬਿਆਨ ਕੀਤਾ ਕਲਗੀਆਂ ਵਾਲੇ ਪਾਤਸ਼ਾਹ ਨੇ ਜਾਪ ਸਾਹਿਬ ਵਿੱਚ, ਕਹਿੰਦੇ ਕਿ ਸਰਬੁਲ ਗਵਨ ਹੈ, ਹਮੇਸ਼ੁਲ ਰਵਨ ਹੈ। ਰਵਨ ਦਾ ਮਤਲਬ ਹੁੰਦਾ ਰਵਣਾ, ਭੋਗਣਾ, ਸਦਾ ਹੀ ਤੂੰ ਭੋਗੀ ਰਿਹਾ ਹੈ, ਹਰ ਵਕਤ ਤੂੰ ਭੋਗ ਕਰ ਰਿਹਾ ਹੈ। ਨਹੀਂ ਤਾਂ ਭੋਗ ਇੱਕ ਇਸ ਤਰ੍ਹਾਂ ਦੀ ਸਥਿਤੀ ਹੈ, ਜਿਹੜਾ ਬੰਦਾ ਭੋਗੀ ਹੁੰਦਾ ਹੈ ਉਹ ਥੋੜ੍ਹੇ ਵਕਤ ਬਾਅਦ ਉਸ ਭੋਗ ਤੋਂ ਅੱਕ ਜਾਂਦਾ ਹੈ। ਜਿਵੇਂ ਪ੍ਰਸ਼ਾਦਾ ਆਪਾਂ ਕਹਿੰਦੇ ਹਾਂ, ਪ੍ਰਸ਼ਾਦਾ ਪ੍ਰਸ਼ਾਦਾ ਭੋਗਣਾ ਹੈ,
ਪ੍ਰਸ਼ਾਦਾ ਖਾਣ ਨੂੰ ਜੇ ਇਹਦੀ ਪਰਿਭਾਸ਼ਾ ਕਰੋਗੇ ਤਾਂ ਅਰਥ ਹੋਣਗੇ ਭੋਗਣਾ, ਭੋਗ ਲਾਉਣਾ। ਪਰ ਤੁਸੀਂ ਜਿਉਂ ਹੀ ਖਾਓਗੇ ਪ੍ਰਸ਼ਾਦੇ ਤੋਂ ਮਨ ਅੱਕ ਜਾਏਗਾ। ਪਾਣੀ ਪੀਣਾ, ਵੇਖਣਾ, ਸੁਣਨਾ, ਬੋਲਣਾ, ਕੱਪੜੇ ਪਹਿਨਣੇ, ਯਾਨੀ ਕਿ ਕੋਈ ਵੀ ਕਾਰਜ ਹੈ ਇਸ ਧਰਤੀ ਦਾ ਉਹ ਭੋਗ ਨਾਲ ਸੰਬੰਧਿਤ ਹੈ ਅਤੇ ਹਰ ਇੱਕ ਭੋਗ ਤੋਂ ਬੰਦਾ ਅੱਕ ਜਾਂਦਾ ਹੈ। ਸਤਿਗੁਰੂ ਕਹਿੰਦੇ ਤੂੰ ਹਰ ਇੱਕ ਮਨੁੱਖ ਦੇ ਸਰੀਰ ਵਿੱਚ ਬਹਿ ਕੇ ਉਹਦਾ ਭੋਗ ਕਰ ਰਿਹਾ, ਉਹਦਾ ਰਵਣ ਕਰ ਰਿਹਾ, ਪਰ ਕਦੀ ਵੀ ਤੂੰ ਅੱਕਦਾ ਨਹੀਂ। ਆਹ ਜਿਹੜਾ ਸ਼ਬਦ ਆਉਂਦਾ ਕਿ ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਏ। ਇਹ ਮਨੁੱਖੀ ਸਰੀਰ ਦੇ ਅੰਦਰ ਇੱਕ ਰਸੋਈ ਹੈ ਜਿਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਕੀਤਾ ਗਿਆ। ਇਹ ਤਾਂ ਬਾਹਰੀ ਪ੍ਰਕਿਰਿਆ ਨਾ, ਆਪਾਂ ਗੁਰੂ ਸਾਹਿਬ ਦੇ ਅੱਗੇ ਭੋਜਨ ਲੈ ਕੇ ਅਰਦਾਸ ਕਰੀਏ, ਪਰ ਇਹ ਇੱਕ ਅੰਦਰ ਦੀ ਰਸੋਈ ਹੈ, ਅੰਦਰ ਦਾ ਭੋਜਨ ਹੈ। ਜਿਵੇਂ ਗੁਰੂ ਨੂੰ ਜਾਂ ਸਾਧ ਸੰਗਤ ਨੂੰ, ਗੁਰਸਿੱਖਾਂ ਨੂੰ ਬਾਹਰੋਂ ਭੋਜਨ ਛਕਾਉਣ ਵਾਸਤੇ ਆਮੰਤ੍ਰਿਤ ਕੀਤਾ ਜਾਂਦਾ, ਸੱਦਿਆ ਜਾਂਦਾ, ਇਸ ਤਰ੍ਹਾਂ ਹਜ਼ੂਰ ਨੇ ਕਿਹਾ ਅਕਾਲ ਪੁਰਖ ਨੇ ਜਿੰਨੀਆਂ ਜੋਨਾਂ ਬਣਾਈਆਂ ਹਨ, ਜਿੰਨੇ ਜੀਵ ਬਣਾਏ ਨੇ, ਉਹਨਾਂ ਸਾਰਿਆਂ ਦੇ ਵਿੱਚ ਇਹ ਵਿਵਸਥਾ ਨਹੀਂ ਕਿ ਉਹ ਰੱਬ ਦੀ ਰੋਟੀ ਪਕਾ ਸਕਣ, ਉਹਦੇ ਵਾਸਤੇ ਭੋਜਨ ਬਣਾਉਣ, ਉਹਨਾਂ ਕੋਲ ਸਮਰੱਥਾ ਨਹੀਂ। ਕੋਈ ਗਾਂ ਬੱਚੀ ਹੈ, ਕੋਈ ਮੱਝ ਹੈ, ਕੋਈ ਪਰਿੰਦਾ ਹੈ, ਕੋਈ ਪਾਣੀ ਵਿੱਚ ਰਹਿਣ ਵਾਲਾ ਸਰੀਰਧਾਰੀ ਹੈ, ਉਹਨਾਂ ਵਿੱਚ ਇਹ ਸਿਸਟਮ ਨਹੀਂ, ਇਹ ਵਿਵਸਥਾ ਨਹੀਂ ਹੈ ਕਿ ਉਹ ਅਕਾਲ ਪੁਰਖ ਵਾਸਤੇ ਭੋਜਨ ਤਿਆਰ ਕਰ ਸਕਣ। ਇੱਕੋ ਸਰੀਰ ਹੈ ਇਸ ਧਰਤੀ ਦਾ, ਮਨੁੱਖੀ ਸਰੀਰ, ਜਿਹਦੇ ਵਿੱਚ ਪਰਮਾਤਮਾ ਨੇ ਵੱਖਰੇ ਤੌਰ 'ਤੇ ਰਸੋਈ ਬਣਾਈ ਹੈ। ਔਰ ਅਕਾਲ ਪੁਰਖ ਨੇ ਇਹ ਸਰੀਰ ਘੜਿਆ ਹੀ ਤਾਂ, ਨਹੀਂ ਤਾਂ ਸ਼ਾਇਦ ਇੱਕ ਪਸ਼ੂ ਹੋਰ ਬਣਾ ਦਿੰਦਾ, ਹੋਰ ਬੜੇ ਬਣਾਏ ਸੀ ਉਹਨੇ, ਕਿੰਨੀ ਤਰ੍ਹਾਂ ਦੇ ਪਸ਼ੂ ਨੇ, ਇੱਕ ਪਸ਼ੂ ਹੋਰ ਬਣਾ ਦਿੰਦਾ, ਕੋਈ ਫਰਕ ਨਹੀਂ ਸੀ ਪੈਂਦਾ। ਪਰ ਇੱਕ ਸਰੀਰ ਬਣਾਇਆ ਜਿਹੜਾ ਪਸ਼ੂ ਨਹੀਂ ਸੀ, ਉਹ ਕਿਉਂ ਬਣਾਇਆ? ਕਿਉਂਕਿ ਉਹਦੇ ਵਿੱਚ ਵਿਵਸਥਾ ਕਰ ਦਿੱਤੀ ਸਰੀਰ ਦੇ ਅੰਦਰ ਕਿ ਇਹ ਜਦੋਂ ਇਹਦਾ ਜੀਵਨ ਗੁਰੂ ਨਾਲ ਜੁੜੇਗਾ ਤਾਂ ਮੇਰੇ ਵਾਸਤੇ ਪਿਆਰ ਦਾ ਭੋਜਨ ਬਣਾਏਗਾ। ਅਸੀਂ ਬਾਣੀ ਵਿੱਚ ਪੜ੍ਹਦੇ ਹਾਂ ਨਾ, ਕੱਲ੍ਹ ਆਪਾਂ ਇਸ ਵਿਸ਼ੇ 'ਤੇ ਗੱਲ ਕੀਤੀ ਸੀ ਕਿ ਅਕਾਲ ਪੁਰਖ ਦੇ ਕੋਲ ਇੱਕ ਵਸਤਰ ਹੈ, ਇੱਕ ਕੱਪੜਾ ਹੈ, ਉਹ ਆਪ ਵੀ ਪਹਿਣਦਾ, ਉਹਦਾ ਇੱਕ ਵੇਸ ਹੈ, ਉਹਦੇ ਵੀ ਕੱਪੜੇ ਨੇ, ਜਿਹਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਉਹਦੇ ਕੱਪੜੇ ਨੇ ਸ਼ਬਦ, ਸ਼ਬਦ ਦੇ ਕੱਪੜੇ ਪਾਉਂਦਾ। ਅਤੇ ਮੈਂ ਕੱਲ੍ਹ ਇਹ ਬੇਨਤੀ ਕੀਤੀ ਸੀ ਕਿ ਜਦੋਂ ਕੋਈ ਆਦਮੀ ਲੱਭੇ ਨਾ, ਅਤੇ ਜੇ ਕਿਸੇ ਰਸਤੇ ਵਿੱਚ ਉਹਦਾ ਡਿੱਗਿਆ ਹੋਇਆ ਕੱਪੜਾ ਮਿਲ ਜਾਏ ਤਾਂ ਅਸੀਂ ਉਹਦੀ ਖੋਜ ਕਰ ਸਕਦੇ ਹਾਂ ਵੀ ਇੱਧਰ ਗਿਆ ਹੈ, ਕੋਈ ਉਹਦਾ ਇਹ ਪਰਨਾ ਡਿੱਗ ਪਿਆ, ਕੋਈ ਰੁਮਾਲ, ਉਹਦੇ ਤੋਂ ਵੇਖਿਆ ਜਾ ਸਕੇ। ਤਾਂ ਜਿਹੜੀ ਸਾਨੂੰ ਗੁਰਬਾਣੀ ਬਖਸ਼ਿਸ਼ ਕੀਤੀ ਗੁਰੂ ਸਾਹਿਬ ਨੇ, ਇਹ ਉਹ ਰਾਹ 'ਤੇ ਹੈ, ਧੁਰ ਤੋਂ ਆਈ ਹੈ, ਉੱਧਰ ਨੂੰ ਲੈ ਕੇ ਜਾਂਦੀ। ਇਸੇ ਤਰ੍ਹਾਂ ਜਿਵੇਂ ਉਹਦੇ ਕੋਲ ਕੱਪੜਾ ਹੈ, ਉਹ ਸਿੱਖ ਦੀ ਝੋਲੀ ਵਿੱਚ ਜਦੋਂ ਉਹਦੇ ਦਰਬਾਰ ਵਿੱਚ ਸਿੱਖ ਪਹੁੰਚਦਾ ਹੈ ਤਾਂ ਉਹਨੂੰ ਸਭ ਤੋਂ ਪਹਿਲਾਂ ਇਹ ਦਾਤ ਦਿੰਦਾ, ਪ੍ਰੇਮ ਪਟੋਲਾ ਤੈ ਸਹਿ ਦਿੱਤਾ ਢੱਕਣ ਕੂ ਪੱਤ ਮੇਰੀ। ਇਸੇ ਤਰ੍ਹਾਂ ਇਸ ਮਨੁੱਖੀ ਸਰੀਰ ਦੇ ਵਿੱਚ ਅਕਾਲ ਪੁਰਖ ਨੇ ਭੋਜਨ ਬਣਾਉਣ ਦਾ ਪ੍ਰਬੰਧ ਕੀਤਾ, ਔਰ ਇੱਥੋਂ ਤੱਕ ਕਹਿ ਦਿੱਤਾ ਵੀ ਅਕਾਲ ਪੁਰਖ ਵੀ ਭੁੱਖਾ ਹੈ ਜਿਹੜਾ ਸਾਰੇ ਸੰਸਾਰ ਨੂੰ ਰਜਾਉਂਦਾ ਹੈ, ਸਾਰਿਆਂ ਦਾ ਪੇਟ ਭਰਨ ਵਾਲਾ ਹੈ, ਰੋਜ਼ੀ ਦੇਣ ਵਾਲਾ ਹੈ। ਕਲਗੀਆਂ ਵਾਲੇ ਨੇ ਵਾਰ ਵਾਰ ਕਿਹਾ ਜਾਪ ਸਾਹਿਬ ਦੇ ਅੰਦਰ ਕਿ ਰੋਜ਼ੀ ਦਹਿੰਦ ਹੈ, ਕਿ ਰਾਜਕ ਰਹੀਮ ਹੈ, ਸਾਰਿਆਂ ਦੀ ਪਾਲਣਾ ਕਰਨ ਵਾਲਾ, ਪਰ ਆਪ ਭੁੱਖਾ ਫਿਰ ਰਹਿ ਗਿਆ, ਫਿਰ ਉਹਨੂੰ ਭੁੱਖ ਰਹਿ ਗਈ। ਪੁੱਛਿਆ ਮਹਾਰਾਜ ਉਹਨੂੰ ਕਾਹਦੀ ਭੁੱਖ ਹੈ, ਕਹਿਣ ਲੱਗੇ ਗੋਬਿੰਦ ਭਾਉ ਭਗਤ ਦਾ ਭੁੱਖਾ, ਉਹਨੂੰ ਭੁੱਖ ਲੱਗੀ ਰਹਿੰਦੀ। ਔਰ ਜਦੋਂ ਇਸ ਧਰਤੀ 'ਤੇ ਰਚੇ ਹੋਏ ਮਨੁੱਖ ਉਹਦੇ ਵਾਸਤੇ ਪ੍ਰੇਮ ਦਾ ਭੋਜਨ ਨਹੀਂ ਬਣਾਉਂਦੇ, ਨਾਮ ਨਹੀਂ ਜਪਦੇ, ਸਿਮਰਨ ਨਹੀਂ ਕਰਦੇ, ਉਹਨਾਂ ਦਾ ਰੱਬ ਭੁੱਖਾ ਰਹਿ ਜਾਂਦਾ ਉਹਨਾਂ ਦੇ ਅੰਦਰ, ਉਹਨੂੰ ਭੁੱਖੇ ਆਰਾਮ ਕਰਨਾ ਪੈਂਦਾ। ਇਸ ਲਈ ਅਸੀਂ ਸਭ ਕੁਝ ਪਾ ਕੇ ਇੱਕ ਗੱਲ ਕਹਿੰਦੇ ਹਾਂ ਨਾ, ਮਨ ਬੇਚੈਨ ਹੈ,
ਸਾਰਾ ਕੁਝ ਕਰ ਲਿਆ, ਸਭ ਕੁਝ ਮਿਲ ਗਿਆ, ਪਰ ਅੰਦਰ ਇੱਕ ਬੇਚੈਨੀ ਹੈ। ਉਹ ਬੇਚੈਨੀ ਕਿਹਦੀ ਹੈ? ਉਹ ਬੇਚੈਨੀ ਉਸ ਰੱਬ ਦੀ ਭੁੱਖ ਹੈ ਜਿਹੜਾ ਅੰਦਰ ਬੈਠਾ ਹੋਇਆ। ਉਹ ਵਿਚਾਰਾ ਭੁੱਖਾ ਹੈ, ਇਸ ਕਰਕੇ ਸਾਡੇ ਅੰਦਰ ਨੂੰ ਬੇਚੈਨ ਕਰੀ ਜਾ ਰਿਹਾ। ਜਿਨ੍ਹਾਂ ਨੇ ਆਪਣੇ ਰੱਬ ਨੂੰ ਅੰਦਰੋਂ ਰਜਾ ਲਿਆ, ਭੋਗ ਲਵਾ ਦਿੱਤਾ, ਉਹਨੂੰ ਪ੍ਰੇਮ ਕੀਤਾ, ਉਹਦੇ ਵਾਸਤੇ ਭਗਤੀ ਦਾ ਅਤੇ ਪ੍ਰੇਮ ਦਾ ਭੋਜਨ ਬਣਾਇਆ, ਉਹਨੇ ਰੱਜ ਕੇ ਖਾਧਾ, ਅਤੇ ਜਿਉਂ ਹੀ ਉਹ ਸ਼ਾਂਤ ਹੁੰਦਾ ਹੈ, ਉਸ ਮਨੁੱਖ ਦਾ ਸਰੀਰ ਸ਼ਾਂਤ ਹੋਣ ਲੱਗ ਪੈਂਦਾ ਹੈ, ਟਿਕਣ ਲੱਗ ਪੈਂਦਾ। ਬਸੰਤ ਰਾਗ ਦਾ ਇੱਕ ਸ਼ਬਦ ਹੈ, ਭਗਤ ਰਾਮਾਨੰਦ ਜੀ ਕਹਿੰਦੇ, ਹੁਣ ਮੇਰਾ ਕਿਤੇ ਜਾਣ ਨੂੰ ਚਿੱਤ ਨਹੀਂ ਕਰਦਾ, ਕੱਤ ਜਾਈਏ ਰੇ ਘਰ ਲਾਗੋ ਰੰਗ। ਉਹ ਰੰਗ ਤਾਂ ਲੱਗਾ ਵੀ ਅੰਦਰ ਬੈਠਾ ਹੋਇਆ ਗੋਬਿੰਦ ਜਿਹੜਾ ਭੁੱਖਾ ਸੀ ਉਹ ਰੱਜ ਗਿਆ ਪ੍ਰੇਮ ਨਾਲ, ਅੰਦਰ ਠੰਡ ਵਰਤ ਗਈ, ਅੰਦਰ ਸ਼ਾਂਤੀ ਆ ਗਈ, ਘਰ ਦਾ ਮਾਲਕ ਰੱਜ ਗਿਆ। ਗੋਬਿੰਦ ਭਾਉ ਭਗਤ ਦਾ ਭੁੱਖਾ, ਸਾਰੇ ਸੰਸਾਰ ਦਾ ਉਹ ਭੋਗ ਕਰ ਰਿਹਾ, ਉਹ ਤਿਆਰ ਹੈ। ਅਤੇ ਮੈਂ ਤੁਕ ਪੜ੍ਹੀ ਸੀ, ਕਰੀ ਪਾਕ ਸਾਲ ਸੋਚ ਪਵਿੱਤਰਾ। ਪਾਕ ਸਾਲ ਕਹਿੰਦੇ ਨੇ, ਪਾਕ ਕਹਿੰਦੇ ਪਵਿੱਤਰ ਨੂੰ, ਅਤੇ ਸ਼ਾਲ ਕਹਿੰਦੇ ਸ਼ਾਲਾ ਰਸੋਈ, ਜਿਹਦੇ ਵਿੱਚ ਭੋਜਨ ਪਕਾਇਆ ਜਾਂਦਾ ਪਵਿੱਤਰਤਾ ਦੇ ਨਾਲ। ਸੋਚ ਦਾ ਅਰਥ ਹੈ ਪਵਿੱਤਰ ਕਰਨੀ। ਹੁਣ ਲਾਵੋ ਭੋਗ ਹਰ ਰਾਏ। ਹਜ਼ੂਰ ਕਹਿੰਦੇ ਨੇ ਕਿ ਜਦੋਂ ਕੋਈ ਮਨੁੱਖ ਆਪਣੇ ਹਿਰਦੇ ਰੂਪੀ ਰਸੋਈ ਨੂੰ ਉਹਦੇ ਪਿਆਰ ਨਾਲ ਪਵਿੱਤਰ ਕਰੀ ਜਾਂਦਾ, ਜਿਹਦੇ ਵਿੱਚ ਵਾਸ਼ਨਾ ਦੀ ਗੰਦਗੀ ਹੈ, ਤ੍ਰਿਸ਼ਨਾ ਦੀ ਅੱਗ ਹੈ, ਬਦਬੂ ਆ ਰਹੀ ਹੈ ਅੰਦਰੋਂ, ਹੋਰ ਬੜੀ ਤਰ੍ਹਾਂ ਦੇ ਅੰਦਰ ਨੁਕਸ ਨੇ, ਅੰਦਰ ਗੁਨਾਹ ਨੇ, ਐਸੀ ਰਸੋਈ ਵਿੱਚ ਉਹ ਆਉਣਾ ਨਹੀਂ ਚਾਹੁੰਦਾ। ਕਿਉਂਕਿ ਘੱਟੋ ਘੱਟ ਜਦੋਂ ਆਦਮੀ ਕੁਝ ਖਾਂਦਾ ਹੈ, ਭਾਵੇਂ ਉਹ ਕਿੱਥੇ ਕੰਮ ਕਰੇ, ਕਿੰਨੀ ਗਲੀਜ ਥਾਂ 'ਤੇ, ਪਰ ਖਾਣ ਲੱਗਿਆਂ ਉਹ ਚਾਹੁੰਦਾ ਕੁਝ ਸਾਫ਼ ਥਾਂ ਚਾਹੀਦੀ ਹੈ, ਕਿਤੇ ਬੈਠ ਕੇ ਖਾ ਲਓ। ਇਸ ਕਰਕੇ ਗੁਰਸਿੱਖ ਨੇ ਆਪਣੇ ਹਿਰਦੇ ਨੂੰ ਨਾਮ ਨਾਲ ਅੰਦਰੋਂ ਤਾਂ ਪਵਿੱਤਰ ਕੀਤਾ, ਕਿਉਂਕਿ ਉੱਥੇ ਬਿਠਾ ਕੇ ਉਹਨੇ ਆਪਣੇ ਅਕਾਲ ਪੁਰਖ ਨੂੰ ਭੋਗ ਲਵਾਉਣਾ ਸੀ। ਕਰੀ ਪਾਕ ਸਾਲ ਸੋਚ ਪਵਿੱਤਰਾ, ਅਤੇ ਫਿਰ ਕਹਿੰਦੇ ਬੇਨਤੀ ਕਰੋ ਕਿ ਹੁਣ ਲਾਵੋ ਭੋਗ ਹਰ ਰਾਏ। ਹੁਣ ਤੁਸੀਂ ਭੋਗ ਲਾ ਲਓ, ਹੁਣ ਤੁਸੀਂ ਛਕ ਲਓ, ਨਹੀਂ ਤਾਂ ਇਹ ਤਾਂ ਬਿਦ ਵੀ ਕਰੀ ਜਾ ਰਹੇ ਹਾਂ ਕਿ ਅਸੀਂ ਕਹਿ ਰਹੇ ਹਾਂ ਵੀ ਭੋਗ ਲਾਓ ਜਾਂ ਤੁਸੀਂ ਸਾਡੇ ਘਰ ਆਓ, ਅਤੇ ਬੁਲਾ ਤੇ ਉਹਨੂੰ ਲਿਆ, ਪਰ ਜਿੱਥੇ ਬਿਠਾਉਣਾ ਸੀ। ਕਈ ਵਾਰੀ ਅਸੀਂ ਕਿਸੇ ਘਰ ਵਿੱਚ ਜਾਂਦੇ ਹਾਂ, ਉਹ ਬੁਲਾ ਤੇ ਲੈਂਦਾ ਹੈ, ਪਰ ਜਦੋਂ ਤੁਸੀਂ ਘਰ ਜਾਓ ਉਹਦੇ ਬਹਿਣ ਵਾਲੀ ਥਾਂ ਵੀ ਗਲੀਚ ਹੋਵੇ, ਮੈਲੀ ਹੋਵੇ, ਘਰ ਵਿੱਚ ਕੂੜਾ ਕਰਕਟ ਖਿਲ ਰਿਹਾ ਹੋਵੇ, ਬਦਬੂ ਆਉਂਦੀ ਹੋਵੇ, ਅਤੇ ਉਹਦੇ 'ਤੇ ਖੁਸ਼ੀ ਹੋਣ ਦੀ ਬਜਾਏ ਅੰਦਰੋਂ ਇੱਕ ਨਫ਼ਰਤ ਪੈਦਾ ਹੁੰਦੀ ਵੀ ਬੁਲਾਉਣ ਦੀ ਕਾਲ ਤਾਂ ਬੜੀ ਸੀ ਪਰ ਸਤਿਕਾਰ ਵਾਲੀ ਤਾਂ ਗੱਲ ਕੋਈ ਨਹੀਂ ਹੈ। ਇਸ ਤਰ੍ਹਾਂ ਸਤਿਗੁਰੂ ਅੱਗੇ ਬੇਨਤੀ ਕਰਨੀ ਹੋਰ ਗੱਲ ਹੈ ਵੀ ਤੁਸੀਂ ਘਰ ਵਿੱਚ ਆਓ। ਹਜ਼ੂਰ ਕਹਿੰਦੇ ਨੇ ਤੂੰ ਬੇਨਤੀ ਨਾ ਕਰ, ਤੂੰ ਆਪਣੇ ਆਪ ਨੂੰ ਸ਼ੁੱਧ ਕਰ, ਪਹਿਲਾਂ ਆਪਣੀ ਰਸੋਈ ਨੂੰ ਠੀਕ ਕਰ, ਆਪਣੇ ਜੀਵਨ ਨੂੰ ਤੂੰ ਸ਼ੁੱਧ ਕਰ। ਜਦੋਂ ਇਹ ਜੀਵਨ ਸ਼ੁੱਧ ਹੋ ਜਾਏਗਾ, ਉਹ ਤਾਂ ਸ਼ੁੱਧ ਰਸੋਈਆਂ ਨੂੰ ਲੱਭਦਾ ਫਿਰਦਾ ਹੈ, ਉਹਨੂੰ ਆਵਾਜ਼ ਦੇਣ ਦੀ ਲੋੜ ਹੀ ਨਹੀਂ ਹੈ। ਕੁਆਲਿਟੀ ਤਾਂ ਉਹਨੂੰ ਮਿਲਦੀ ਨਹੀਂ ਕਿਤੇ। ਤਾਂ ਇਹ ਜਦੋਂ ਪਿਆਰ ਨਾਲ ਕੋਈ ਗੁਰੂ ਨੂੰ ਕਹਿੰਦਾ ਹੈ ਕਿ ਤੁਸੀਂ ਮੇਰਾ ਭੋਗ ਲਾਓ, ਤਾਂ ਉਹ ਜ਼ਰੂਰ ਪ੍ਰਵਾਨ ਕਰ ਲੈਂਦਾ, ਜ਼ਰੂਰ ਭੋਗ ਲਾ ਲੈਂਦਾ, ਪਰ ਉਹਨਾਂ ਚਿਰ ਨਹੀਂ ਜਿੰਨਾ ਚਿਰ ਸ਼ੁੱਧਤਾ ਨਹੀਂ ਆਉਂਦੀ, ਪਵਿੱਤਰਤਾ ਨਹੀਂ ਆਉਂਦੀ। ਤਾਂ ਇਹ ਵੀ ਇੱਕ ਖਵਾਉਣ ਦੀ ਜਿਹੜੀ ਪ੍ਰਕਿਰਿਆ ਹੈ, ਖਵਾਉਣ ਦੀ ਪ੍ਰਕਿਰਿਆ ਭਗਤ ਦੀ ਜ਼ਿੰਦਗੀ ਵਿੱਚ ਹੈ। ਭਾਵੇਂ ਕਿ ਸਿੱਖ ਪੰਥ ਵਿੱਚ ਦੋ ਤਰ੍ਹਾਂ ਦੇ ਰਵਾਇਤਾਂ ਚੱਲਦੀਆਂ ਨੇ, ਅਰਦਾਸ ਵਿੱਚ ਇੱਕ ਸਿੱਧਾ ਕਹਿੰਦੇ ਪਿਆਰ ਵਾਲੇ ਲੋਕ ਵੀ ਤੁਸੀਂ ਭੋਗ ਲਾ ਲਓ। ਆਮ ਕਰਕੇ ਪੰਥ ਦੇ ਅੰਦਰ ਜਿੰਨੀਆਂ ਟਕਸਾਲਾਂ ਨੇ, ਸੰਤ ਸੰਪਰਦਾਵਾਂ ਨੇ, ਉਹ ਕਹਿੰਦੇ ਵੀ ਅਸੀਂ ਗੁਰੂ ਨੂੰ ਸਿੱਧਾ ਮੰਨਦੇ ਹਾਂ, ਅਸੀਂ ਤਾਂ ਖਵਾ ਕੇ ਖਾਣਾ ਹੈ। ਪਰ ਜਿਹੜਾ ਇੱਕ ਦੂਸਰਾ ਹਿੱਸਾ, ਉਹ ਕਹਿੰਦੇ ਵੀ ਨਹੀਂ, ਸ਼ਬਦ ਕਿਹੜਾ ਖਾਂਦਾ ਹੈ, ਇਹ ਦੁਨੀਆ ਵੱਖਰੀ ਹੈ। ਪਰ ਇੱਕ ਗੱਲ ਖਿਆਲ ਰੱਖਿਓ, ਇੱਕ ਭਾਵਕ ਵਿਅਕਤੀ ਦਾ ਜ਼ਿਕਰ ਆਉਂਦਾ ਹੈ ਕਿ ਉਹ ਭਗਤੀ ਵਿੱਚ ਲੀਨ ਰਹਿੰਦੇ ਸਨ, ਥੋੜ੍ਹੀ ਉਹਨਾਂ ਨੂੰ ਆਉਂਦੀ ਸੀ ਪੂਜਾ ਕਰਨੀ, ਕੋਈ ਗਾਇਤਰੀ ਪੜ੍ਹਨੀ,
ਇਸ ਕਰਕੇ ਉਹਨਾਂ ਨੂੰ ਕੋਈ ਬਹੁਤਾ ਮੰਦਰ ਵਿੱਚ ਵੀ ਨਹੀਂ ਸੀ ਰੱਖਦਾ। ਭਗਤੀ ਕਰਨੀ, ਬੰਦਗੀ ਕਰਨੀ, ਤੁਰਦੇ ਫਿਰਦੇ ਉਹ ਕਿਤੇ ਇੱਕ ਨਗਰ ਵਿੱਚੋਂ ਦੀ ਲੰਘੇ, ਰਾਤ ਰਹੇ, ਉੱਥੇ ਇੱਕ ਮੰਦਰ ਸੀ ਪੁਰਾਣਾ, ਉੱਥੇ ਕੋਈ ਪੁਜਾਰੀ ਨਹੀਂ ਸੀ, ਉਹਦਾ ਇੱਕ ਦੋ ਪ੍ਰਬੰਧਕ ਸਨ। ਉਹਨਾਂ ਨੇ ਪੁੱਛਿਆ ਵੀ ਤੁਸੀਂ ਪੂਜਾ ਕਰ ਲਓਗੇ ਮੂਰਤੀ ਦੀ, ਭਗਵਾਨ ਦੀ? ਕਹਿਣ ਲੱਗਾ ਵੀ ਅਸੀਂ ਤਾਂ ਦਿਨ ਰਾਤ ਕਰਨੇ, ਸਾਡਾ ਕੰਮ ਹੀ ਇਹ ਹੈ। ਤਾਂ ਉਹਨਾਂ ਪ੍ਰਬੰਧਕਾਂ ਨੇ ਕਿਹਾ ਕਿ ਤੁਸੀਂ ਪੂਜਾ ਹੀ ਕਰਨੀ ਹੈ, ਇੱਥੇ ਇੱਕ ਥਾਂ 'ਤੇ ਕਰੀ ਜਾਓ, ਇੱਥੇ ਪ੍ਰਸ਼ਾਦਾ ਛਕੀ ਜਾਓ। ਉਹਨਾਂ ਕਿਹਾ ਕੋਈ ਗੱਲ ਨਹੀਂ, ਅਸੀਂ ਕਰ ਦਿਆਂਗੇ। ਤਾਂ ਸਵੇਰੇ ਉਹਨਾਂ ਨੇ ਭੋਗ ਲਵਾਉਣਾ ਸੀ, ਜੋ ਵੀ ਤਿਆਰ ਕੀਤਾ, ਪ੍ਰਸ਼ਾਦਾ ਤਿਆਰ ਕੀਤਾ, ਦਾਲ ਸਬਜ਼ੀ ਤਿਆਰ ਕੀਤੀ, ਅੱਗੇ ਰੱਖ ਦਿੱਤੀ। ਅਤੇ ਮੰਦਰ ਤਾਂ ਪੁਰਾਣਾ ਸੀ, ਉੱਥੇ ਲੋਕ ਆਉਂਦੇ ਹੀ ਘੱਟ ਸਨ, ਕਦੇ ਕੋਈ ਇੱਕ ਸਰੀਰ ਆਉਂਦਾ ਸੀ। ਤਾਂ ਉਹਨਾਂ ਨੇ ਪੂਜਾ ਕਰਨੀ ਸ਼ੁਰੂ ਕਰ ਦਿੱਤੀ, ਰੋਜ਼ ਉਹਨਾਂ ਨੇ ਭੋਗ ਲਵਾਉਣਾ ਅਤੇ ਬਾਅਦ ਵਿੱਚ ਆਪ ਛਕ ਲੈਣਾ, ਬੰਦਗੀ ਕਰਦੇ ਰਹਿਣਾ। ਇਸ ਤਰ੍ਹਾਂ ਕਰਦਿਆਂ ਕਰਦਿਆਂ ਇੱਕ ਦਿਨ ਪਿੱਛੋਂ ਉਹ ਪ੍ਰਬੰਧਕ ਆ ਗਿਆ ਜਿਹਦਾ ਉਹ ਮੰਦਰ ਸੀ। ਉਹ ਬੜਾ ਹੈਰਾਨ ਹੋਇਆ ਵੀ ਜਿਹੜੇ ਪੁਜਾਰੀ ਜੀ ਨੇ, ਸੰਤ ਜੀ ਨੇ, ਉਹ ਕੀ ਕਰ ਰਹੇ ਨੇ ਵੀ ਅੱਗੇ ਰੱਖ ਕੇ ਪਹਿਲਾਂ ਗਰਾਹੀ ਤੋੜ ਕੇ ਖਾ ਰਹੇ ਨੇ ਆਪ ਥੋੜ੍ਹੀ ਜਿਹੀ, ਉਹ ਸਬਜ਼ੀ ਲਾ ਕੇ ਵੇਖ ਰਹੇ ਨੇ, ਫਿਰ ਕਹਿੰਦੇ ਵੀ ਠਾਕੁਰ ਜੀ ਠੀਕ ਹੈ ਹੁਣ ਤੁਸੀਂ ਖਾ ਲਓ। ਪਹਿਲਾਂ ਆਪ ਖਾਂਦੇ ਨੇ ਫਿਰ ਕਹਿੰਦੇ ਨੇ ਖਾਓ। ਉਹਨੇ ਬਾਂਹ ਫੜ ਲਈ, ਆ ਰੌਲਾ ਪੈ ਗਿਆ, ਕਿਉਂਕਿ ਇਹ ਮਰਿਆਦਾ ਤੋਂ ਬਾਹਰ ਸੀ। ਇਹ ਤਾਂ ਝੂਠਾ ਹੋ ਗਿਆ। ਤੁਹਾਨੂੰ ਪਤਾ ਜਿਵੇਂ ਅਸੀਂ ਕਈ ਵਾਰੀ ਕੋਈ ਸਿੱਖ ਭਾਵੇਂ ਭੁੱਖਾ ਵੀ ਕਿਉਂ ਨਾ ਚਲਾ ਜਾ, ਅਸੀਂ ਕਹਿੰਦੇ ਅਰਦਾਸ ਨਹੀਂ ਹੋਈ। ਜਦੋਂ ਉਹਨਾਂ ਨੇ ਵੇਖਿਆ ਵੀ ਇਹ ਤਾਂ ਇਹ ਝੂਠਾ ਭੋਜਨ ਭੋਗ ਲਵਾਈ ਜਾ ਰਹੇ, ਉਹਨਾਂ ਨੇ ਬਾਂਹ ਫੜ ਲਈ, ਇਕੱਠੇ ਹੋ ਗਏ। ਕਹਿਣ ਲੱਗੇ ਜੀ ਤੁਸੀਂ ਚੰਗੇ, ਤੁਸੀਂ ਸਿੱਖਿਆ ਕੁਝ ਨਹੀਂ, ਪਹਿਲਾਂ ਆਪ ਖਾਂਦੇ ਹੋ ਅਤੇ ਫਿਰ ਕਹਿੰਦੇ ਹੋ ਭੋਗ ਲਾਓ। ਕਹਿਣ ਲੱਗੇ ਤੁਹਾਡੇ ਵਾਲੀ ਹੱਦ ਹੋ ਗਈ, ਮੇਰੀ ਮਾਂ ਜਦੋਂ ਮੈਨੂੰ ਰੋਟੀ ਖਵਾਉਂਦੀ ਸੀ ਪਹਿਲਾਂ ਆਪ ਖਾ ਕੇ ਬਹਿੰਦੀ ਸੀ ਵੀ ਕਿਤੇ ਮਿਰਚਾਂ ਜ਼ਿਆਦੀਆਂ ਤਾਂ ਨਹੀਂ, ਨੇੜਲਾ ਸੰਬੰਧ ਸੀ। ਤਾਂ ਤੁਸੀਂ ਕੀ ਕਹਿੰਦੇ ਹੋ ਵੀ ਮੈਂ ਆਪਣੇ ਰੱਬ ਨੂੰ ਮਿਰਚਾਂ ਵਾਲੀ ਸਬਜ਼ੀ ਖਵਾ ਦਿਆਂ? ਮੈਂ ਤਾਂ ਪਹਿਲਾਂ ਟੈਸਟ ਕਰਕੇ ਫਿਰ ਮੈਂ ਅੱਗੇ ਖਵਾਵਾਂਗਾ, ਮੇਰਾ ਇੰਨਾ ਪਿਆਰ ਹੈ, ਇੰਨੀ ਨਜ਼ਦੀਕਤਾ ਹੈ, ਮੈਂ ਇੰਨਾ ਨੇੜੇ ਹਾਂ। ਇਹ ਜਿਹੜਾ ਪਰੰਪਰਾ ਚੱਲੀ ਸੀ ਨਾ ਵੀ ਗੁਰੂ ਨੂੰ ਕਹਿਣਾ ਵੀ ਤੁਸੀਂ ਪਹਿਲਾਂ ਖਾਓ ਅਤੇ ਫਿਰ ਮੈਂ, ਇਹ ਬੜਾ ਡੂੰਘਾ ਸੰਬੰਧ ਹੈ, ਬੜਾ ਨੇੜਲਾ ਔਰ ਨਿੱਜੀ ਹੈ, ਇਹ ਮਰਿਆਦਾ ਨਾਲ ਸੰਬੰਧਿਤ ਨੇ। ਸਿੱਖ ਜਦੋਂ ਵੀ ਕੁਝ ਖਾਏਗਾ, ਕੋਲ ਵਾਲੇ ਨੂੰ ਭਾਵੇਂ ਸਮਝ ਨਹੀਂ, ਉਹ ਆਪਣੇ ਗੁਰੂ ਤੋਂ ਬਿਨਾਂ ਕਦੇ ਨਹੀਂ ਖਾਂਦਾ, ਇੱਕ ਪੈਰ ਵੀ ਨਹੀਂ ਤੁਰਦਾ, ਕਦੇ ਨਾਲ ਰਹਿਣਾ, ਨਾਲ ਨਾਲ ਰੱਖਣਾ ਉਸ ਨੂੰ। ਤਾਂ ਉਹ ਜਿਹੜੇ ਪੁਜਾਰੀ ਸਨ ਉਹਨਾਂ ਦੀ ਛੁੱਟੀ ਹੋ ਗਈ, ਹੋਣੀ ਹੀ ਸੀ, ਕਿਉਂਕਿ ਜਿਹੜਾ ਪ੍ਰਬੰਧਕ ਹੈ ਧਾਰਮਿਕ ਥਾਂ ਦਾ, ਉਹਦਾ ਕਿਸੇ ਅਧਿਆਤਮ ਬੰਦੇ ਨਾਲ ਜੋੜ ਬਹਿ ਜਾਏ, ਇਹ ਇਸ ਤਰ੍ਹਾਂ ਜਿਵੇਂ ਸੂਈ ਦੇ ਨੱਕੇ ਦੇ ਵਿੱਚੋਂ ਹਾਥੀ ਨਿਕਲ ਜਾਏ, ਨਹੀਂ ਨਿਕਲ ਸਕਦਾ, ਜੋੜ ਨਹੀਂ ਪੈਂਦਾ, ਕਿਉਂਕਿ ਪ੍ਰਬੰਧਕ ਦੀ ਸੋਚ ਜਿਹੜੀ ਜ਼ਿਆਦਾਤਰ ਕੋਈ ਹੋਵੇਗਾ ਹਜ਼ਾਰ ਵਿੱਚੋਂ ਇੱਕ, ਉਹ ਬਿਜ਼ਨਸ ਦੀ, ਸੰਸਾਰ ਦੀ ਹੈ, ਉੱਥੇ ਧਰਮ ਨਹੀਂ ਹੁੰਦਾ, ਇਸ ਕਰਕੇ ਜੋੜ ਨਹੀਂ ਬਣਦਾ। ਉਹਨਾਂ ਨੇ ਕਿਹਾ ਜੀ ਤੁਸੀਂ ਤਾਂ ਆਹ ਭੋਗ ਹੀ ਗਲਤ ਲਵਾਉਂਦੇ ਹੋ। ਕਹਿਣ ਲੱਗੇ ਤੁਸੀਂ ਸਾਰੇ ਗਲਤ ਲਾ ਰਹੇ ਹੋ, ਹਰ ਰੋਜ਼ ਤੁਸੀਂ ਖੁਦਾ ਨੂੰ, ਰੱਬ ਨੂੰ, ਆਪਣੇ ਭਗਵਾਨ ਨੂੰ ਕਦੀ ਮਿਰਚਾਂ ਜ਼ਿਆਦੀਆਂ ਕਦੀ ਘੱਟ ਖਵਾ ਰਹੇ ਹੋ। ਜਿਨ੍ਹਾਂ ਨੇ ਨੇੜਿਓਂ ਵੇਖਿਆ, ਜਿਨ੍ਹਾਂ ਨੇ ਬਹੁਤ ਨੇੜੋਂ, ਆ ਇੱਕ ਮਹਾਂਪੁਰਸ਼ਾਂ ਦੀ ਘਟਨਾ ਪੜ੍ਹੀ, ਉਹਨਾਂ ਨੇ ਇੱਕ ਦਿਨ ਕਹਿ ਦਿੱਤਾ ਬਈ ਦੇਗ ਜਿਹੜੀ ਤੁਸੀਂ ਅਰਦਾਸ ਕੀਤੀ ਉਹ ਤਾਂ ਗਰਮ ਸੀ, ਉਹ ਤਾਂ ਆਮ ਆਦਮੀ ਨਹੀਂ ਖਾ ਸਕਦਾ, ਗੁਰੂ ਨੂੰ ਕਿਵੇਂ ਖਵਾ ਦਿੱਤੀ, ਗੁਰੂ ਅੱਗੇ ਅਰਦਾਸ ਕਿਵੇਂ ਕਰ ਦਿੱਤੀ? ਤਾਂ ਇਹ ਇੱਕ ਨਿੱਜੀ ਭੋਗ ਹੈ, ਇਸ ਲਈ ਗੁਰੂ ਸਾਹਿਬ ਨੇ ਕਿਹਾ ਕਿ ਤੂੰ ਆਪਣੇ ਜੀਵਨ ਨੂੰ ਤਿਆਰ ਕਰ, ਫਿਰ ਉਹ ਆਪ ਤੈਨੂੰ ਖੋਜਣ ਵਾਸਤੇ ਆਏਗਾ। ਕਲਗੀਆਂ ਵਾਲੇ ਪਾਤਸ਼ਾਹ ਕਹਿ ਰਹੇ ਨੇ ਹਮੇਸ਼ੁਲ ਰਵਨ ਹੈ, ਰਵਨ ਦਾ ਅਰਥ ਹੈ ਰਮਣ ਕਰਨਾ, ਰਮਣ ਕਰਨ ਦਾ ਅਰਥ ਹੈ ਭੋਗ ਕਰਨਾ। ਤੂੰ ਹਰ ਇੱਕ ਜੀਵ ਵਿੱਚ ਬੈਠ ਕੇ ਉਹਦੇ ਅੰਦਰ ਜੀਵਨ ਨੂੰ ਭੋਗ ਕਰ ਰਿਹਾ ਹੈ। ਫਿਰ ਹਜ਼ੂਰ ਅੱਗੇ ਕਹਿੰਦੇ ਤਮਾਮੁਲ ਤਮੀਜ਼ ਹੈ, ਤਮਾਮ ਦਾ ਮਤਲਬ ਹੈ ਸਾਰੇ, ਤਮੀਜ਼ ਦਾ ਭਾਵ ਹੈ ਸਲੀਕਾ, ਢੰਗ ਨਾਲ ਬੋਲਣਾ।
तेरे विच बड़ी तमीज है, जदों कोई पाप करता है एकदम तू ओदी गर्दन नहीं फड़दा। तमीज की गल है, नियम नाल चलदा। अकाल पुरख एक ऐसी शक्ति है कि जदों कोई गलत चलता ओदे मुंह ते चपेड़ नहीं मारदा। उस वक्त वो इन्ना काला नहीं है, वह कहिंदा भी ठीक है, इत्थे कानून बनिया होया, तू अज कर दिता कानून अनुसार, ओदे विचों तैनू लंघना पएगा, जो कुछ तू किया तैनू भुगतना पएगा, मैं तैनू कुछ नहीं कहिंदा। तां ओदे विच तमीज बड़ी है, तमामुल तमीज है, समस्तुल अजीज है। अजीज का मतलब हुंदा प्यारा, सारियां नू तू बहुत प्यार करना, भावें कोई पापी भी है भावें पुन करन वाला। फर्क इन्ना है, जेड़ा मनुख गुनाह करता है भावें वह एक गुरु के सवारे वड्डे ऑफिसर का पुत्र है, पुत्र करके उन्हें प्यार तो करता है, पर जे उन्हें कोई क्राइम कर दिता कोई गुनाह कर दिता तो जो ईमानदार ऑफिसर है वह कहता बेटा मैं तेनों प्यार बड़ा करना पर तू गुनाह किया समाजिक तौर पर तेनों सज़ा कोर्ट में जी मिली वह भुगतनी पेगी। तेन दोवें चीज़ा कट्ठिया हो गई, क्राइम का जोड़ा दोष है वो दी सज़ा ते नाल प्यार करना। अकाल पुरख जदों पापी नू दुख मिलता है तो वो नाल भी प्यार रखता है, जेड़ा उन्हूं दुख मिल रहा वो कानून के अनुसार है, वह वखरा है, वह फिर भी वो स्नेह रखता है। इस करके कहिंदे समस्तुल अजीज है, परमंग परम ईश है, तू सारियां तो महान वड्डा है, समस्तुल अदीस है, मालक है। अदीस का भाव शुरू तो है, अदेसुल अलेख है। साहब कहिंदे ने कि तेरा कोई खास टिकाणा नहीं, अदेसुल देश तो रहत है, एक देश का वासी नहीं, अलेख है, तू जिहड़े कर्म करना उन्हां दा लेखा नहीं हुंदा, लिखे नहीं जाते, आजाद है। हमेशुल अपेख है, भेखा तो रहत रहना है, हमेश सदा ही। जमीन उल जमा है, जमीन ते भी तेरा निवास है, जमा आकाश विच भी तेरा निवास है। अमी कुल इमा है, अमी कुल, अमी दा अर्थ एक अमृत भी किया गया है, अमी अमी कुल इमा, इमा दा अर्थ है ईमान, धर्म, जेड़ा तेरा धर्म है वो अमृत वर्गा मिठा है, जेड़ा तेरे धर्म तक चला गया, तेरा धर्म है तेरा प्यार तेरा नाम, जेड़ा तेरे धर्म तक तेरे नाम तक ईमान तक चला गया उसनू अमी मिठा धर्म प्राप्त होया। करीम उल कमाल है, तू कमाल दा बख्शिश करन वाला है। करीम उल दा मतलब, करीम दा मतलब बख्शिश करन वाला, पर तेरी बख्शिश भी कमाल करन वाली है, जिदे उत्ते तू बख्शिश करना पलां विच मिट्टी तो नूर हो जाता है। कि जरूरत जमाल है, जरूरत कहिंदे ने शक्ति नू, हिम्मत नू, तेरी शक्ति कमाल दी है ते उहदे विच जलाओ बड़ा है। जरूरत बड़ी जरूरत वाला है, बड़ी तेज शक्ति वाला है। कि अचलंग प्रकाश है, तेरा प्रकाश सदीव काल वास्ते अचल रहिंदा है, भाव नाश नहीं हुंदा। कि अमतो सुबास है, सुबास कहिंदे ने सुगंधी नू, अमतो दा अर्थ है जिन्नू मिणिया ना जा सके। अकाल पुरख वाहिगुरु दे नाम विच आउंदी सुगंधी दा जिक्र जिन्हां ने कमाईयां कीतियां उन्हां ने भी कहा है। गुरु ग्रंथ साहिब जी दी बाणी विच भी हजूर ने कहा है, तुसी पहला शब्द सुनोगे आसा दी वार विच, गुरु रामदास पातशाह जी कहिंदे ने हर अमृत भिन्ने लोए ना, मन प्रेम रतना राम राजे, मन राम कसवटी लाया कंचन सो बिना। और अगे बचन कीता जन नानक मुस्क चुकोलिया, अखीरली पंक्ति ते मुस्क चुकोलिया दा मतलब, मुस्क दा अर्थ है मुस्क सुगंधी, चुकोलिया दा मतलब ऐसी सुगंधी मिली उहदे नाम दे विचों, चुकोलिया दा मतलब उहदे नाल मस्त हो गया,
बेपरवाह हो गए। जन नानक मुश्क झकोलिया हर प्रेम बाणी मन मारिया। इस तरह प्रेम दे बाणा दे नाल जदों मन मारिया गया उहदे तों बाद एक बड़ी वड्डी सुगंधी प्राप्त हुई, रस प्राप्त होया। उहनूं कलगियां वाले पातशाह कह रहे ने कि अमितो सुबास है। सुबास का मतलब सोहनी सुगंधी जिहड़ी मिली ना जा सके, कि अजब स्वरूप है तेरा, स्वरूप अजीब है, हैरान कर देने वाला है। कि अमितो बेभूत है, बेभूत का अर्थ है शक्ति, अमितो का मतलब हर थान ते होएगा जिन्हों मिणिया ना जा सके, मित तो बार, मिणन तो बार। तेरी शक्ति नू अज तक कोई मिण नहीं सकिया। कि अमितो पसा है, पसा का मतलब हुंदा पसारा, कीता पसाओ एको कवाओ तिसते होए लख दरियाओ। तेरा पसारा बड़ा बेअंत है। कि आत्म प्रभा है, तू आत्म स्वरूप है। तेरा प्रभा का अर्थ प्रभाव बहुत बड़ा है, जिदे विच तू प्रगट होना, उस शरीर दे विचों तू प्रगट होना, उस शरीर का प्रभाव भी बहुत बढ़ जाता है, उहदा असर बहुत है। कि अचलंग अनंग है, अचलंग का मतलब हुंदा जिहड़ा चले ना, नाश ना हो, अनंग अंग तो रहत है। कि अमितो अभंग है, अभंग का मतलब जिन्हों भंग ना कर सकीए, जिदी समाप्ति ना होवे। ये सारे गुण ने, हर एक चीज भंग हो जाएगी। इत्थे जो कुछ दिस रहा है, जो कुछ नज़र विच आ रहा है, जां अज तक साडे तो पहला किन्ना कुछ सी, कई कुछ बनाया गया है, हर एक नूं काल भंग कर देंदा है, पुराना कर देंदा। काल दे अर्थ जो हर एक चीज नूं पुराना करन दी शक्ति रखदा है, केवल मनुख नूं नहीं। आ तुसीं एक दरवाजा लाओगे लकड़ दा, उहदी भी उम्र है, सहजे सहजे विज्ञान इहनूं लभदा जा रहा। जिहड़ियां चीज़ां जिहनूं मटीरियल कहिंदे ने, स्पेस दे अंदर निरजिंद चीज़ां ने, एक कंध है, उहदी भी एक उम्र है। ਉਹ ਸਮੇਂ ਦੇ ਨਾਲ ਜਿਵੇਂ ਦੀ ਪਿਛਲੇ ਸਾਲ ਸੀ, ਉਹ ਇਸ ਸਾਲ ਉਸ ਤਰ੍ਹਾਂ ਦੀ ਨਹੀਂ ਹੈ, ਆਉਣ ਵਾਲੇ ਸਾਲ ਵਿੱਚ ਉਸ ਤਰ੍ਹਾਂ ਦੀ ਨਹੀਂ ਰਹੇਗੀ, 50 ਸਾਲ ਨੂੰ ਉਸ ਤਰ੍ਹਾਂ ਦੀ ਨਹੀਂ ਰਹੇਗੀ, ਔਰ ਅਖੀਰ ਨੂੰ ਕਦੀ ਨਾ ਕਦੀ ਉਹ 200 ਸਾਲ ਬਾਅਦ, 400 ਸਾਲ ਬਾਅਦ ਉਹਦੀ ਮੌਤ ਹੋ ਜਾਏਗੀ, ਸਮਾਪਤੀ ਹੋ ਜਾਏਗੀ, ਕਾਇਮ ਨਹੀਂ ਹੈ। ਇੱਥੇ ਜੋ ਕੁਝ ਵੀ ਦਿਸਣ ਵਿੱਚ ਆਇਆ ਉਹ ਖੰਡਿਤ ਹੈ। ਕਾਲ ਉਹਨੂੰ ਖਤਮ ਕਰਨ ਦੀ ਤਾਕਤ ਰੱਖਦਾ ਹੈ, ਪੁਰਾਣਾ ਕਰ ਦਿੰਦਾ ਹੈ। ਇਸ ਲਈ ਕਦੀ ਵੀ ਕਿਸੇ ਦੀ ਮੌਤ ਇੱਕ ਦਿਨ ਨਹੀਂ ਆਉਂਦੀ, ਇਹ ਸਾਡਾ ਭੁਲੇਖਾ ਹੈ। ਮੌਤ ਦਾ ਅਰਥ ਇਹ ਨਹੀਂ ਵੀ ਇੱਕਦਮ ਆਇਆ ਅਤੇ ਕੱਟ ਦਿੱਤਾ, ਨਹੀਂ। ਹਰ ਇੱਕ ਚੀਜ਼ ਦੀ ਮੌਤ ਇੱਕ ਪ੍ਰਸਥਿਤੀ ਹੈ, ਉਹ ਨਾਲੋਂ ਨਾਲ ਵਾਪਰੀ ਜਾ ਰਹੀ ਹੈ। ਬਸ ਮਨੁੱਖ ਉਹਨੂੰ ਜਾਗ ਕੇ ਵੇਖਦੇ ਨਹੀਂ, ਵਹਿੰਦਾ ਨਹੀਂ ਵੀ ਨਾਲੋਂ ਨਾਲ ਆ ਰਹੀ ਹੈ। ਸਰੀਰ ਦੀ ਤਾਕਤ ਘਟਣੀ ਕਾਹਦੀ ਖਬਰ ਹੈ, ਅੱਖਾਂ ਦੀ ਤਾਕਤ ਘਟਣੀ, ਸੁਣਨ ਦੀ ਤਾਕਤ ਘਟ ਜਾਣੀ, ਬੋਲਣ ਦੀ ਤਾਕਤ ਘਟਣੀ, ਕੰਮ ਕਰਨ ਦੀ ਤਾਕਤ, ਬਹਿਣ ਦੀ ਤਾਕਤ ਘਟ ਜਾਣੀ, ਤੁਰਨ ਦੀ, ਇਹ ਕਿਹੜੀਆਂ ਨਿਸ਼ਾਨੀਆਂ ਨੇ? ਸਰੀਰ ਦੀ ਇੱਕ ਇੱਕ ਫੀਸਦੀ ਕਰਕੇ ਮੌਤ ਆ ਰਹੀ ਹੈ, ਉਹਨੂੰ ਅਸੀਂ ਮੌਤ ਕਹਿ ਦਿੰਦੇ ਹਾਂ, ਜਿਹੜੀ ਅਖੀਰਲਾ ਹਿੱਸਾ ਹੁੰਦਾ ਬਿਲਕੁਲ ਸਿਰੇ 'ਤੇ ਜਾ ਕੇ। ਇਸ ਲਈ ਹਜ਼ੂਰ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ, ਤੂੰ ਆਪ ਅਭੰਗ ਹੈ, ਜਿਹੜੇ ਤੇਰੇ ਨਾਲ ਜੁੜ ਗਏ ਉਹਨਾਂ ਨੂੰ ਵੀ ਕਦੀ ਕੋਈ ਭੰਗ ਨਹੀਂ ਕਰ ਸਕਿਆ, ਮੌਤ ਉਹਨਾਂ 'ਤੇ ਅਸਰ ਨਹੀਂ ਕਰਦੀ। ਉਹ ਉਸ ਅਵਸਥਾ ਵਿੱਚ ਚਲੇ ਜਾਂਦੇ ਜਿੱਥੇ ਮੌਤ ਨਹੀਂ ਆਉਂਦੀ, ਮੌਤ ਤੋਂ ਪਾਰ ਚਲੇ ਜਾਂਦੇ ਨੇ। ਜਿਹੜੀ ਚੀਜ਼ ਨੂੰ ਮੌਤ ਖਤਮ ਕਰਦੀ ਉਹ ਪਹਿਲਾਂ ਹੀ ਉਸ ਨੂੰ ਛੱਡ ਜਾਂਦੇ ਨੇ, ਉਹ ਹੈ ਮਨੁੱਖੀ ਸਰੀਰ, ਇਹ 5 ਭੌਤਿਕ ਸਰੀਰ। ਇਹਨੂੰ ਛੱਡਣ ਦੀ ਸਮਰੱਥਾ ਉਹਨਾਂ ਵਿੱਚ ਪਹਿਲਾਂ ਹੀ ਆ ਜਾਂਦੀ, ਵੀ ਇਹਦੇ ਵਿੱਚੋਂ ਨਿਕਲਣਾ ਕਿਵੇਂ ਹੈ, ਇਹਦੇ ਤੋਂ ਕੰਮ ਕਿਵੇਂ ਲੈਣਾ। ਇਸ ਤਰ੍ਹਾਂ ਦੀ ਉਹਨਾਂ ਵਿੱਚ ਬਰਕਤ ਗੁਰੂ ਵੱਲੋਂ ਭਰ ਦਿੱਤੀ ਜਾਂਦੀ ਹੈ। ਤੋ ਇਹਨਾਂ ਛੰਦਾਂ ਦੇ ਵਿੱਚ ਜੋ 60 ਦੀ ਗਿਣਤੀ ਤੱਕ ਆਪ ਜੀ ਨੇ ਸਰਵਣ ਕੀਤਾ ਆਉਣ